ਸਸ਼੍ਰੀਕਾਲ ਮੈਂ ਡਾਕਟਰ ਪੂਜਾ ਕਪੂਰ ਡੀਡੀ ਜਲੰਧਰ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਹੈਲੋ ਡਾਕਟਰ ਦੀ ਅੱਜ ਦੀ ਲੜੀ ਵਿੱਚ ਦਰਸ਼ਕੋ ਜਿੱਦਾਂ ਤੁਸੀਂ ਜਾਣਦੇ ਆ ਇੱਕ ਲਾਈਵ ਟੈਲੀਕਾਸਟ ਪ੍ਰੋਗਰਾਮ ਹੈ ਔਰ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹਰ ਹਫਤੇ ਅਸੀਂ ਤੁਹਾਡੇ ਰੂਬਰੂ ਲੈ ਕੇ ਆਨੇ ਆਂ ਫਕ ਫਕ ਡਾਕਟਰਾਂ ਨੂੰ ਤੇ ਆਪਾਂ ਚਰਚਾ ਕਰਦੇ ਆਂ ਅਲੱਗ ਅਲੱਗ ਬਿਮਾਰੀਆਂ ਬਾਰੇ ਉਸੇ ਸ਼੍ਰंखला ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਗੱਲਬਾਤ ਕਰਾਂਗੇ ਦਿਲ ਦੇ ਰੋਗਾ ਅਤੇ ਉਹਨਾਂ ਦੇ ਬਚਾਅ ਬਾਰੇ ਜਿਹਦੇ ਲਈ ਸਪੈਸ਼ਲੀ ਅੱਜ ਅਸੀਂ ਲੁਧਿਆਣੇ ਤੋਂ ਡਾਕਟਰ ਬੁਲਾਏ ਨੇ ਆਪਣੇ ਸਟੂਡੀਓ ਵਿੱਚ ਸਾਡੇ ਨਾਲ ਅੱਜ ਸਾਡੇ ਸਟੂਡੀਓ ਵਿੱਚ ਹੈਗੇ ਨੇ ਡਾਕਟਰ ਨikhil Bansal ji ਜਿਹੜੇ ਕਿ MCH ਨੇ ਔਰ ਕਾਰਡੀਓਥੋਰੈਸਿਕ ਐਂਡ ਵਾਸਕੂਲਰ ਸਰਜਨ ਨੇ ਦਾਰਸ਼ਕੋ ਮੇਟੋ ਨਤਾਸਦਾ ਇਹ ਸਭ ਤੋਂ ਜ਼ਿਆਦਾ ਐਕਸਪਰਟਾਈਜ਼ ਬ੍ਰਾਂਚ ਹੁੰਦੀ ਹੈ ਕਿਉਂਕਿ ਤੁਸੀਂ ਦਿਲ ਨਾਲ ਡੀਲ ਕਰ ਰਹੇ ਹੋ ਦਿਲ ਨੂੰ ਰੋਕ ਕੇ ਸਰਜਰੀ ਕਰ ਰਹੇ ਹੋ ਚਲਦੇ ਦਿਲ ਵਿੱਚ ਸਰਜਰੀ ਕਰ ਰਹੇ ਹੋ ਅੱਜ ਕੱਲ ਦਿਲ ਦੀਆਂ ਸਰਜਰੀਜ਼ ਵਿੱਚ ਬਹੁਤ ਜ਼ਿਆਦਾ ਐਡਵਾਂਸਮੈਂਟਸ ਆ ਗਈਆਂ ਨੇ ਤੇ ਅੱਜ ਦਾ ਆਪਾਂ ਆਪਣਾ ਚਰਚਾ ਸ਼ੁਰੂ ਕਰਦੇ ਹਾਂ ਦਿਲ ਦੇ ਰੋਗ ਅਤੇ ਬਚਾਅ ਬਾਰੇ ਡਾਕਟਰ ਸਾਹਿਬ ਤੋਂ ਸਮਝਾਂਗੇ ਕਿ ਐਡਵਾਂਸਡ ਵਾਸਕੂਲਰ ਸਰਜਰੀਜ਼ ਐਡਵਾਂਸਡ ਕਾਰਡੀਅਕ ਸਰਜਰੀਜ਼ ਦਿਲ ਦੀਆਂ ਤਕਲੀਫਾਂ ਦਿਲ ਤੋਂ ਬਚਾਅ ਕਿੱਤਾ ਕਿੱਤਾ ਜਾਵੇ ਤੇ ਇਹਨਾਂ ਦਾ ਕੀ ਇਲਾਜ ਕੀਤਾ ਜਾ ਸਕਦਾ ਹੈ ਡਾਕਟਰ ਨikhil Bansal ਦਾ ਸਵਾਗਤ ਸਾਡੇ ਸਟੂਡੀਓ ਚ ਬਹੁਤ-ਬਹੁਤ ਡਾਕਟਰ। ਡਾਕਟਰ ਸਾਹਿਬ ਅੱਜ ਆਪਾਂ ਡਿਸਕਸ ਕਰਨਾ ਹੈ ਦਿਲ ਦੇ ਰੋਗ ਅਤੇ ਬਚਾਅ ਬਾਰੇ। ਤੇ ਡਾਕਟਰ ਸਾਹਿਬ ਦਿਲ ਦੇ ਰੋਗ ਕਿਉਂ ਇੰਨੇ ਜ਼ਿਆਦਾ ਵੱਧਦੇ ਜਾ ਰਹੇ ਹੈ? ਅੱਜ ਕੱਲ ਆਪਾਂ ਦੇਖ ਰਹੇ ਹਾਂ ਕਿ ਦਿਲ ਦੀਆਂ ਬਿਮਾਰੀਆਂ ਜਿੱਥੇ ਕਿਸੇ ਵੱਡੀ ਉਮਰ ਦੇ ਲੋਕਾਂ ਵਿੱਚ ਹੁੰਦੀਆਂ ਸੀ ਅੱਜ ਕੱਲ ਯੰਗਸਟਰਸ ਔਰ ਯੰਗ ਲੋਕਾਂ ਵਿੱਚ ਇਨਫੈਕਟ ਬੱਚਿਆਂ ਵਿੱਚ ਵੀ ਪਾਈ ਜਾ ਰਹੀਆਂ ਨੇ। ਤੇ ਕੀ ਦਿਲ ਦੇ ਰੋਗ ਬੱਚਿਆਂ ਵਿੱਚ ਵੀ ਕਾਮਨ ਹੁੰਦੇ ਨੇ? ਹਾਂਜੀ ਦਿਲ ਦੇ ਰੋਗ ਜੇ ਆਪਾਂ ਡਿਵਾਈਡ ਕਰੀਏ ਤਾਂ ਦਿਲ ਦੇ ਰੋਗ ਦੀ ਦੋ ਕੈਟਾਗਰੀ ਹੈਗੀਆਂ। ਇੱਕ ਤਾਂ ਜਿਹੜੇ ਬੱਚਿਆਂ 'ਚ ਹੁੰਦੀ ਹੈ, ਇੱਕ ਜਿਹ ਤਾਂ ਜਿਹੜੀ ਬੱਚਾ ਜਿਹਦਾ ਤੁਸੀਂ ਪੁੱਛ ਰਹੇ ਹੋ ਉਹ ਦੋ ਤਰ੍ਹਾਂ ਦੀ ਪ੍ਰੋਬਲਮ ਹੁੰਦੀਆਂ ਨੇ ਇੱਕ ਉਹਨੀਆਂ ਜਿਹੜੇ ਚ ਬੱਚਾ ਨੀਲਾ ਪੈਂਦਾ ਦੂਜੀ ਹੁੰਦੀ ਹੈ ਜਿਹੜੇ ਚ ਬੱਚਾ ਨੀਲਾ ਨਹੀਂ ਪੈਂਦਾ ਇਹ ਦੋ ਮੇਜਰ ਕੈਟੇਗਰੀਜ਼ ਨੇ ਜੋ ਆਪਾਂ ਜਿਨ੍ਹਾਂ ਦੇ ਡਿਫਰੈਂਟ ਸਿੰਪਟਮ ਹੁੰਦੇ ਆ ਤਾਂ ਡਿਫਰੈਂਟ ਇਨਦਰ ਟਰੀਟਮੈਂਟ ਹੁੰਦਾ ਹੈ ਡਾਕਟਰ ਸਾਹਿਬ ਕੀ ਇਹ ਜਨਮ ਤੋਂ ਵੀ ਪਤਾ ਚੱਲ ਸਕਦੀਆਂ ਨੇ ਬਿਲਕੁਲ ਪਤਾ ਚੱਲ ਸਕਦੀਆਂ ਦੇਖਿਓ ਇਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਜਿਹੜਾ ਜਦ ਮਦਰ ਕਨਸੀਵ ਕਰਦੀ ਹੈ ਤਾਂ ਉਸ ਵੇਲੇ ਜਿਹੜੇ ਅਲਟਰਾਸਾਉਂਡ ਹੁੰਦੇ ਆ ਉਸ ਚ ਇਹ ਡਾਇਗਨੋਸ ਕੀਤਾ ਜਾ ਸਕਦਾ ਹੈ ਡਾਕਟਰ ਸਾਹਿਬ ਸਪੋਜ਼ ਹੈ ਕਿਹੜੇ ਮੰਥ ਵਿੱਚ ਡਾਇਗਨੋਸ ਹੋ ਜਾਂਦਾ ਹੈ ਮਦਰ ਦੇ ਅਲਟਰਾਸਾਉਂਡ ਦੇਖਿਓ 6 ਆਪਾਂ ਜਿਹੜੇ ਲੈਵਲ 1 ਤੇ ਲੈਵਲ 2 ਸਕੈਨ ਕਰਦੇ ਜਿਹੜੇ ਐਨਟੀ ਸਕੈਨ ਤੋਂ ਸ਼ੁਰੂ ਹੁੰਦੇ ਇਹ ਸਾਰੇ ਸਕੈਨ ਆਪਣੇ 10 ਤੋਂ 16 ਤੋਂ 20 ਹਫ਼ਤੇ ਜਿਹੜੀ ਉਹਦੇ ਚ ਫੜੇ ਜਾਂਦੇ ਜੀ ਡਾਕਟਰ ਸਾਹਿਬ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਮਟਰਨਲ ਪ੍ਰੀ ਮਟਰਨਲ ਸਕੈਨ ਵਿੱਚ ਇਹ ਪਕੜਿਆ ਜਾਂਦਾ ਹੈ ਕਿ ਦਿਲ ਦੀ ਕੋਈ ਤਕਲੀਫ ਹੈ ਤੇ ਅਕਸਰ ਪੇਸ਼ੈਂਟ ਸਾਡੇ ਕੋਲ ਡਰਦੇ ਆਉਂਦੇ ਕਿ ਡਾਕਟਰ ਸਾਹਿਬ ਉਹਨਾਂ ਨੂੰ ਅਬਾਰਟ ਕਰਾ ਦੇਣਾ ਪਵੇਗਾ ਤੇ ਤੁਸੀਂ ਇਹਦੇ ਬਾਰੇ ਵਿੱਚ ਕੀ ਸਲਾਹ ਦੋਗੇ ਦੇਖੋ ਡਿਪੈਂਡ ਕਰਦਾ ਜੀ ਕੁਝ ਤਾਂ ਬਿਮਾਰੀਆਂ ਇਹੋ ਜੀ ਹੈਗੀਆਂ ਕਿ ਜਿਹੜਾ ਇਲਾਜ ਬੜਾ ਸਿੰਪਲ ਹੈਗਾ ਜੀ ਬੜਾ ਸਿੱਧਾ ਸਾਦਾ ਇਲਾਜ ਹੈਗਾ ਜਿੱਦਾਂ ਆਪਾਂ ਕਹਿੰਦੇ ਕਿ ਦਿਲ ਦੇ ਵਿੱਚ ਛੇਦ ਹੈਗਾ ਜਿਹੜੇ ਮੋਸਟ ਕਾਮਨ ਜਿਹੜੀ ਬਿਮਾਰੀ ਹੈ ਉਹਦਾ ਇਲਾਜ ਬੜਾ ਸਿੰਪਲ ਹੈ ਉਹਦੇ ਚ ਅਬਾਰਟ ਕਰਨ ਦੀ ਇਦਾਂ ਕੋਈ ਲੋੜ ਨਹੀਂ ਹੁੰਦੀ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਟਾਈਮ ਤੇ ਉਹਦਾ ਇਲਾਜ ਹੋ ਜਾਏ ਡਾਕਟਰ ਸਾਹਿਬ ਕੀ ਇਹ ਪਤਾ ਕਿੰਨਾ ਜਾ ਸਕਦਾ ਪਹਿਲੇ ਵੀ ਸਿਰਫ ਇਹੀ ਪਤਾ ਚੱਲਦਾ ਹੈ ਕਿ ਦਿਲ ਦੀ ਤਕਲੀਫ ਹੈ ਕਿ ਹੋਰ ਵੀ ਡਿਟੇਲਿੰਗ ਹੋ ਜਾਂਦੀ ਹੈ ਕਿ ਡਿਟੇਲਿੰਗ ਵੀ ਹੋ ਜਾਂਦੀ ਹੈ ਜਿਹੜੇ ਲੈਵਲ 2 ਸਕੈਨ ਹੁੰਦੇ ਆ ਉਹ ਅੱਜ ਕੱਲ ਬੜੇ ਐਡਵਾਂਸ ਸਕੈਨ ਹੋ ਗਏ ਜਿਦਾ 3D ਸਕੈਨ ਵਗੈਰਾ ਵੀ ਹੁੰਦੇ ਆ ਉਹਦੇ ਚ ਨਾ ਜਸ ਹਾਰਟ ਦੇ ਹੋਲ ਬਾਕੀ ਜਿਹੜੀ ਕੰਪਲਿਕੇਟਿਡ ਦਿੱਕਤਾਂ ਨਹੀਂ ਹੈ ਜੇ ਨਸਾ ਉਲਟ ਉਲਟੀ ਪੁਲਟੀ ਜੁੜੀਆਂ ਹੋਈਆਂ ਜਾਂ ਹੋਰ ਜਿਹੜੇ ਕੰਪਲਿਕੇਟਿਡ ਪ੍ਰੋਬਲਮਸ ਨੇ ਉਹ ਵੀ ਆਪਾਂ ਪ੍ਰੀਨੇਟਲੀ ਮਤਲਬ ਪ੍ਰੈਗਨੈਂਸੀ ਦੇ ਦੌਰਾਨ ਹੀ ਆਪਾਂ ਡਾਇਗਨੋਸ ਕਰ ਸਕਦੇ ਨੇ ਜੀ ਸਪੋਜ਼ ਡਾਕਟਰ ਸਾਹਿਬ ਕੀ ਪੇਸ਼ੈਂਟ ਪਿੰਡਾਂ ਵਿੱਚ ਹੈਗੇ ਆ ਦੂਰ ਦਰਾਜ ਜਿੱਥੇ ਲੈਵਲ 2 ਸਕੈਨ ਅਵੇਲੇਬਲ ਨਹੀਂ ਹੈ ਔਰ ਐਦਾਂ ਦਾ ਬੇਬੀ ਕੋਈ ਡਿਲੀਵਰ ਕਰ ਜਾਂਦਾ ਹੈ ਤੇ ਡਾਕਟਰ ਸਾਹਿਬ ਕਿਹੜੇ ਸਿੰਪਟਮਸ ਨੇ ਜਿਹਦੇ ਤੋਂ ਮਾਂ ਨੂੰ ਪਤਾ ਚਲੇ ਕਿ ਮੇਰੇ ਬੱਚੇ ਨੂੰ ਕੋਈ ਤਕਲੀਫ ਹੋ ਸਕਦੀ ਹੈ ਮੈਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਕੁਐਸਚਨ ਹੈ ਜੀ ਕਿਉਂਕਿ ਇਹ ਇਸ ਇਸ ਮੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਮਾਂ ਡਾਇਗਨੋਸ ਕਰ ਸਕਦੀ ਹੈ ਜੀ ਕੀ ਬੱਚੇ ਨੂੰ ਕੋਈ ਪ੍ਰੋਬਲਮ ਹੈ ਕੀ ਨਹੀਂ ਇਹ ਸ਼ੁਰੂ ਹੁੰਦੀ ਹੈ ਬਿਲਕੁਲ ਜਨਮ ਤੋਂ ਬਾਅਦ ਜੀ ਜਿੱਦਾਂ ਸਪੋਜ਼ ਤੁਸੀਂ ਮਦਰ ਬੇਬੀ ਨੂੰ ਫੀਡ ਕਰ ਰਹੀ ਹੈ ਉਸ ਵੇਲੇ ਜੇ ਬੇਬੀ ਰੁਕ ਰੁਕ ਕੇ ਫੀਡ ਕਰਦਾ ਹੈ ਉਹਨੂੰ ਆਪਾਂ ਇੰਗਲਿਸ਼ ਕਹਿੰਦੇ ਸੱਕ ਰੈਸ ਸੱਕ ਸਾਈਕਲ ਤੇ ਬੇਬੀ ਮਿਲਕ ਪੀ ਰਿਹਾ ਥੋੜਾ ਜਿ ਰੁਕ ਰਿਹਾ ਸਾਹ ਲੈ ਰਿਹਾ ਫਿਰ ਮਿਲਕ ਪੀ ਰਿਹਾ ਤੇ ਉਹਨੂੰ ਬਹੁਤ ਜ਼ਿਆਦਾ ਸਵੇਟਿੰਗ ਹੋ ਰਹੀ ਹੈ ਇਹ ਪਹਿਲਾ ਸਿੰਪਟਮ ਹੋ ਸਕਦਾ ਹੈ ਕਿ ਉਹਨੂੰ ਕੋਈ ਹਾਰਡ ਦੀ ਦਿੱਕਤ ਹੋ ਸਕਦੀ ਹੈ ਓਕੇ ਦੂਜੀ ਜਿੱਦਾਂ ਬੇਬੀ بڑا ਹੋਣਾ ਸ਼ੁਰੂ ਹੁੰਦਾ ਹੈ ਦੂਜੀ ਜਿਹੜੀ ਸਭ ਤੋਂ ਕਾਮਨ ਚੀਜ਼ ਹੈ ਉਹ ਹੁੰਦੀ ਹੈ ਕਿ ਉਹਨੂੰ ਬਾਰ ਬਾਰ ਖ ਇੱਕ ਤਾਂ ਨਾਰਮਲ ਖਾਂਸੀ ਜੁਕਾਮ ਹੈ ਜਿਹੜਾ ਆਪਾਂ ਸਭ ਨੂੰ ਹੁੰਦਾ ਹੈ ਇੱਕ ਇਹ ਕਿ ਖਾਂਸੀ ਜੁਕਾਮ ਇੰਨਾ ਸਵियर ਹੋ ਰਿਹਾ ਹੈ ਕਿ ਉਹਦੇ ਲਈ ਹਸਪੀਟਲ ਚ ਦਾਖਲੇ ਦੀ ਜ਼ਰੂਰਤ ਪੈ ਰਹੀ ਹੈ ਰਾਈਟ ਉਹ ਸਵियर ਜਿਹੜੇ ਆਪਾਂ ਜਿਹਨੂੰ ਕਹਿੰਦੇ ਖਾਂਸੀ ਜੁਕਾਮ ਉਹ ਬਹੁਤ ਫ੍ਰੀਕੁਐਂਟਲੀ ਹੁੰਦੇ ਹਨ ਬੱਚਿਆਂ ਜਿਨਾਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਓਕੇ ਤੀਜੀ ਜਿਹੜੀ ਚੀਜ਼ ਆਂਦੀ ਹੈ ਉਹ ਹੈ ਜਿਹੜੇ ਆਪਾਂ ਮਾਈਲਸਟੋਨ ਕਹਿੰਦੇ ਨੇ ਕਿ ਕਿਸ ਏਜ 'ਚ ਬੱਚਾ ਬੋਲਣਾ ਸ਼ੁਰੂ ਕਰਦਾ ਹੈ ਬੈਠਣਾ ਸ਼ੁਰੂ ਕਰਦਾ ਹੈ ਚੱਲਣਾ ਸ਼ੁਰੂ ਕਰਦਾ ਹੈ ਇਹ ਸਾਰੀ ਚੀਜ਼ਾਂ ਡਿਲੇ ਹੁੰਦੀ ਚਲੀ ਜਾਂਦੀ ਜੇ ਬੱਚੇ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਲਕਸਬ ਜੇ ਕਿਸੇ ਫੈਮਿਲੀ ਵਿੱਚ ਇੱਕ ਪਹਿਲੇ ਬੱਚੇ ਨੂੰ ਹੱਡ ਦੀ ਪ੍ਰੋਬਲਮ ਹੋਵੇ ਤੇ ਕੀ ਕਿੰਨੇ ਪਰਸੈਂਟ ਚਾਂਸਸ ਮਤਲਬ ਹੋ ਸਕਦੇ ਹੈ ਕਈ ਵਾਰੀ ਪੇਰੈਂਟਸ ਪੁੱਛਦੇ ਬਹੁਤ ਘਬਰਾ ਜਾਂਦੇ ਹੈ ਕਿ ਸਾਡੇ ਪਹਿਲੇ ਬੱਚੇ ਨੂੰ ਹੱਡ ਦੀ ਪ੍ਰੋਬਲਮ ਹੈ ਸਾਨੂੰ ਦੂਜਾ ਬੱਚਾ ਕਰਨਾ ਚਾਹੀਦਾ ਹੈ ਜਾਂ ਹੋ ਗਿਆ ਕਨਸੀਵ ਤੋਂ ਇਹਨੂੰ ਹਟਾ ਦੇਈਏ ਜਾਂ ਕੀ ਐਡਵਾਈਸ ਦਿੱਤੀ ਜਾਏ ਨਹੀਂ ਬਹੁਤ ਘੱਟ ਬਿਮਾਰੀਆਂ ਨੇ ਜਿਹਦੇ ਚ ਚਾਂਸਸ ਸਿਗਨੀਫੀਕੈਂਟਲੀ ਜ਼ਿਆਦਾ ਹੁੰਦੇ ਨੇ ਜਿਹੜੀ ਤੁਸੀਂ ਲਾ ਲਓ ਕਿ 100 ਚ 90 95 ਪਰਸੈਂਟ ਬਿਮਾਰੀਆਂ ਨੇ ਉਹਦੇ ਚ ਕੋਈ ਇੰਨਾ ਜ਼ਿਆਦਾ ਰਿਸਕ ਨਹੀਂ ਹੁੰਦਾ ਕਿ ਤੁਹਾਡੇ ਦੂਜੇ ਬੱਚੇ ਨੂੰ ਵੀ ਪ੍ਰੋਬਲਮ ਹੋਏਗੀ ਬਟ ਹਾਂ ਮੈਂ ਇਹਨਾਂ ਜ਼ਰੂਰ ਕਹਾਂਗਾ ਕਿ ਜੇ ਤੁਹਾਡੇ ਪਹਿਲੇ ਬੱਚੇ ਨੂੰ ਪ੍ਰੋਬਲਮ ਹੈ ਤੁਸੀਂ ਦੁਬਾਰਾ ਕਨਸੀਵ ਕਰ ਰਹੇ ਹੋ ਤਾਂ ਤੁਸੀਂ ਇਹ ਲੈਵਲ 1 2 ਸਕੈਨ ਜ਼ਰੂਰ ਕਰਾਓ ਜੀ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਿਹਾ ਕਿ ਨਵੇਂ ਜਨਮੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਹਾਰਟ ਦੀ ਪ੍ਰੋਬਲਮਸ ਕਿਤੇ ਨੀਲਾ ਪੈ ਰਿਹਾ ਬੱਚਾ ਕਿਤੇ ਨਹੀਂ ਨੀਲਾ ਪੈ ਰਿਹਾ ਤੇ ਕੀ ਸਾਡੇ ਕੋਲ ਇਹਨਾਂ ਸਾਰੀ ਬਿਮਾਰੀਆਂ ਦੇ ਇਲਾਜ ਹੈ ਬਿਲਕੁਲ ਜੀ ਅੱਜਕਲ ਤੁਸੀਂ ਕਹੋ ਕਿ ਇੱਕ ਟਾਈਮ ਸੀ ਜਦ ਇਹ ਬਿਮਾਰੀ ਦਾ ਇਲਾਜ ਇੰਡੀਆ ਚ ਨਹੀਂ ਅਵੇਲੇਬਲ ਸੀ ਉਹਨਾਂ ਮੈਂ ਕਹਾਂਗਾ ਕਿ 100 ਵਿੱਚੋਂ 95 ਬਿਮਾਰੀਆਂ ਦਾ ਇਲਾਜ ਇੰਡੀਆ 'ਚ ਹੈਗਾ। ਰਦਰ 100 ਵਿੱਚੋਂ 100 ਦਾ ਹੀ ਆਈ ਵੁੱਡ ਸੇ। ਜੀ। ਇੱਕ ਆਦੀ ਬਿਮਾਰੀ ਹੈਗੀ ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਜੀ ਇੰਨੀ ਕੰਪਲਿਕੇਟਿਡ ਹੈ ਕਿ ਉਹਦਾ ਇਲਾਜ ਜਿਹੜਾ ਹੈ ਮਲਟੀਫੈਕਟਰੀਅਲ ਇੱਕ ਦੋ ਵਾਰ ਸਰਜਰੀ ਕਰਨੀ ਪੈਂਦੀ ਹੈ। ਜੀ। ਜ਼ਿਆਦਾਤਰ ਬਿਮਾਰੀਆਂ ਦਾ ਇਲਾਜ ਬੜਾ ਸਿੰਪਲ ਹੈ। ਬਹੁਤ ਕਾਮਨਲੀ ਮੈਂ ਕਹਾਂਗਾ ਅਵੇਲੇਬਲ ਹੈ ਤੇ ਬਹੁਤ ਜ਼ਿਆਦਾ ਸਕਸੈਸਫੁਲ ਵੀ ਹੈ। ਜੀ ਤੇ ਡਾਕਟਰ ਸਾਹਿਬ ਇਸ ਤੋਂ ਬਾਅਦ ਬੱਚੇ ਦੀ ਉਮਰ ਲੰਬੀ ਵੀ ਹੁੰਦੀ ਹੈ ਔਰ ਉਹਦੀ ਨਾਰਮਲ ਲਾਈਫ ਰਹਿੰਦੀ ਹੈ ਜਿੱਦਾਂ ਬਾਕੀ ਬੱਚਿਆਂ ਦੀ ਹੁੰਦੀ ਹੈ ਆ ਕਾਮਨ ਹੈਗੀ ਹੈ ਜਿੱਦਾਂ ਆਪਾਂ ਹਾਰਟ ਨੂੰ ਜਿੱਦਾਂ ਕਹਿੰਦੇ ਕਿ ਹਾਰਟ 'ਚ ਛੇਦ ਹੈ ਉਹਦੇ ਜੇ ਤੁਸੀਂ ਟਾਈਮ ਤੇ ਇਲਾਜ ਕਰਾ ਲੋਗੇ ਤਾ ਬੰਦੇ ਦੀ ਲਾਈਫ ਜਿਹੜੀ ਹੈਗੀ ਹੈ ਉਹ ਬਿਲਕੁਲ ਨੀਅਰ ਨਾਰਮਲ ਲਾਈਫ ਸਪੈਨ ਹੈਗਾ। ਜੀ। ਉਹਨੂੰ ਕੋਈ ਫਰਕ ਨਹੀਂ ਪੈਂਦਾ ਹੀ ਕੈਨ ਬੀ ਅ ਐਥਲੀਟ। ਰਾਈਟ। ਜਿੱਦਾਂ ਦਰਸ਼ਕੋ ਸਾਡੇ ਡਾਕਟਰ ਸਾਹਿਬ ਬਾਰ-ਬਾਰ ਐਸੀ ਚੀਜ਼ ਤੇ ਸਟ੍ਰੈਸ ਕਰ ਰਹੇ ਹੈ ਕਿ ਬੱਚਿਆਂ ਵਿੱਚ ਜਿਹੜੀ ਹਾਰਟ ਦੀ ਪ੍ਰੋਬਲਮਸ ਨੇ ਉਹਨਾਂ ਨੂੰ ਹਰ ਤਰੀਕੇ ਦੀ ਪ੍ਰੋਬਲਮ ਨੂੰ ਜਿੰਨੀ ਮਰਜ਼ੀ ਕੰਪਲਿਕੇਟਿਡ ਹੋਵੇ ਸਰਜਰੀ ਨਾਲ ਟੈਕਲ ਕੀਤਾ ਜਾ ਸਕਦਾ ਹੈ। ਤੇ ਆਪਾਂ ਨੂੰ ਹੁਣ ਘਬਰਾਣ ਦੀ ਲੋੜ ਨਹੀਂ ਹੈ ਕਿਉਂਕਿ ਬਸ ਐਹੀ ਹੈ ਕਿ अर्ली ਡਾਇਗਨੋਸ ਬੰਨਾ ਚਾਹੀਦਾ ਤੁਹਾਡਾ ਔਰ ਪ੍ਰੋਪਰ ਜਿੱਦਾਂ ਤੁਹਾਨੂੰ ਡਾਕਟਰ ਗਾਈਡ ਕਰਦੇ ਉਸ ਹਿਸਾਬ ਨਾਲ ਚਲੋ। ਡਾਕਟਰ ਸਾ ਕਾਫੀ ਪਿੱਛੇ ਨਿਊਜ਼ ਵਿੱਚ ਵੀ ਆਂਦਾ ਰਿਹਾ ਹੈ ਕਿ ਕਾਫੀ ਯੰਗਸਟਰ ਜਿੱਦਾਂ ਕਿ ਆਪਾਂ ਦੇਖਿਆ ਸੈਲੀਬ੍ਰਿਟੀਜ਼ ਵਗੈਰਾ ਵੀ ਜਿਮ ਵਿੱਚ ਗਏ ਜਾਂ ਦੌੜਦੇ ਹੋਏ 40 ਸਾਲ ਦੇ 45 ਸਾਲ ਦੀ ਉਮਰ ਵਿੱਚ ਵੀ ਹਾਰਟ ਅਟੈਕਸ ਆ ਰਹੇ ਨੇ ਕਾਰਡੀਓਕੈਰਸ ਹੋ ਰਹੇ ਨੇ ਡਾਕਟਰ ਸਾਹਿਬ ਕਿਹੜੀ ਕਾਮਨ ਬਿਮਾਰੀਆਂ ਨੇ ਜਿਹੜੀ ਕਿ ਵੱਧਦੀ ਉਮਰ ਵਿੱਚ ਦੇਖੀਆਂ ਜਾਂਦੀਆਂ ਦਿਲ ਦੀਆਂ ਦੇਖਿਏ ਜੇ ਆਪਾਂ ਅਡਲਟ ਦੀ ਹੁਣ ਗੱਲ ਕਰੇ ਜਿਦਾਂ ਆਪਾਂ ਪੀਡੀਆਟ੍ਰਿਕਸ ਦੀ ਬੱਚਿਆਂ ਦੀ ਗੱਲ ਕੀਤੀ ਐ ਅਡਲਟਸ ਜੋ ਸਭ ਤੋਂ ਕਾਮਨ ਬਿਮਾਰੀ ਹੈਗੀ ਐ ਉਹ ਜਿਦਾਂ ਆਪਾਂ ਕਾਮਨ ਲੈਂਗੁਏਜ ਕਹਿੰਦੇ ਹਾਰਟ ਅਟੈਕ ਜਾਂ ਦਿਲ ਦਾ ਦਰਦ ਜੀ ਨੂੰ ਕਹਿੰਦੇ ਜੀ 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 ਜ ਬਿਮਾਰੀ ਮੰਨੀ ਜਾਂਦੀ ਹੈ ਡਾਕਟਰ ਸਾਹਿਬ ਹਾਰਟ ਅਟੈਕ ਜਿੱਦਾਂ ਤੁਸੀਂ ਕਿਹਾ ਕੋਰੋਨਰੀ ਆਰਟਰੀ ਡਿਜ਼ੀਜ਼ ਇਹ ਕਿਉਂ ਵੱਧ ਰਹੀਆਂ ਨੇ ਇਹਨਾਂ ਦੇ ਕੀ ਰੀਜ਼ਨ ਨੇ ਕਿ ਹਾਰਟ ਅਟੈਕਸ ਇਨਫੈਕਟ ਯੰਗਸਟਰਸ ਵਿੱਚ ਵੀ ਇੰਨੇ ਜ਼ਿਆਦਾ ਵੱਧਦੇ ਪਏ ਕਿ ਇਹ ਦਾ ਸਟ੍ਰੈਸ ਨਾਲ ਵੀ ਕੋਈ ਰਿਲੇਸ਼ਨ ਹੈ ਬਿਲਕੁਲ ਜੀ ਦੇਖੋ ਇਸ ਗੱਲ ਨੂੰ ਸਮਝਣ ਲਈ ਆਪਾਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਹਾਰਟ ਅਟੈਕ ਜਾਂ ਹਾਰਟ ਦੀ ਬਿਮਾਰੀ ਲਈ ਕੀ ਰਿਸਕ ਫੈਕਟਰ ਨੇ ਜੀ ਤੇ ਇਸ ਚੀਜ਼ ਨੂੰ ਆਪਾਂ ਦੋ ਭਾਗਾਂ 'ਚ ਡਿਵਾਈਡ ਕਰ ਸਕਦੇ ਹਾਂ ਇੱਕ ਤਾਂ ਆਪਾਂ ਕਹਿੰਦੇ ਮੋਡੀਫਾਇਬਲ ਰਿਸਕ ਫੈਕਟਰ ਇੱਕ ਕਹਿੰਦੇ ਨੋਨ ਮੋਡੀਫਾਇਬਲ ਰਿਸਕ ਫੈਕਟਰ ਕਹਿੰਦਾ ਮਤਲਬ ਉਦੇ ਚ ਅੱਗੇ ਤੁਹਾਡੀ ਏਜ ਜਿੱਦਾਂ ਏਜ ਜਦ ਵੱਧਦੀ ਹੈ ਤਾਂ ਜਿੱਦਾਂ ਆਪਣੀ ਪੂਰੀ ਬਾਡੀ 올ਡ ਹੁੰਦੀ ਨੇ ਬਾਲ ਤੋਂ ਲੈ ਕੇ ਟੋ ਤੱਕ ਉਹਦਾ ਆਪਣਾ ਹਾਰਟ ਵੀ ਓਲਡ ਹੁੰਦਾ ਤਾਂ ਉਹ ਇੱਕ ਨੋਨ ਮੋਡੀਫਾਇਬਲ ਰਿਸਕ ਫੈਕਟਰ ਕਿ 80 ਸਾਲ ਦੇ ਬੰਦੇ ਦਾ ਜ਼ਿਆਦਾ ਚਾਂਸ ਹੈ ਉਹਨੂੰ ਕੋਈ ਹਾਰਟ ਦੀ ਪ੍ਰੋਬਲਮ ਹੋਏਗੀ ਦੂਜਾ ਹੁੰਦਾ ਫੈਮਿਲੀ ਹਿਸਟਰੀ ਫੈਮਿਲੀ ਹਿਸਟਰੀ ਦਾ ਮਤਲਬ ਹੈ ਤੁਹਾਡੇ ਪਰਿਵਾਰ ਚ ਕੋਈ ਬੰਦਾ ਜਿਹਨੂੰ ਹਾਰਟ ਦੀ ਕੋਈ ਪ੍ਰੋਬਲਮ ਹੈ ਜਾਂ ਉਹਦਾ ਯੰਗ ਏਜ ਯੰਗ ਦਾ ਮਤਲਬ ਹੁੰਦਾ 50 55 ਤੋਂ ਪਹਿਲਾਂ ਕੋਈ ਹਾਰਟ ਦੀ ਸਰਜਰੀ ਹੋਈ ਹੈ ਜਾਂ ਉਹਨੂੰ ਹਾਰਟ ਅਟੈਕ ਹੋਇਆ ਉਹ ਇੱਕ ਸਿਗਨੀਫੀਕੈਂਟ ਫੈਮਿਲੀ ਹਿਸਟਰੀ 카ਉਂਟ ਹੁੰਦੀ ਹੈ ਜੇ ਇਹ ਤੁਹਾਡੀ ਫੈਮਿਲੀ ਚ ਹੈ ਤਾਂ ਜ਼ਿਆਦਾ ਚਾਂਸਸ ਹੁੰਦੇ ਨੇ ਕਿ ਤੁਹਾਨੂੰ ਹਾਰਟ ਦੀ ਪ੍ਰ राइट right. ओदे सब कुछ आंदा है ਤੁਹਾਡਾ ਲਾਈਫ ਸਟਾਈਲ ਤੁਸੀਂ ਕਿੰਨੇ ਐਕਟਿਵ ਹੋ ਤੁਸੀਂ ਕੀ ਖਾ ਰਹੇ ਹੋ ਤੁਹਾਡਾ weight ਕਿੰਨਾ ਹੈ ਤੁਸੀਂ बीपी ਦੇ ਇਲਾਜ ਤੋਂ ਤੁਹਾਨੂੰ बीपी ਹੈਗਾ ਕਿ ਨਹੀਂ ਹੈਗਾ ਕੰਟਰੋਲਡ ਹੈ ਕਿ અનਕੰਟਰੋਲਡ ਹੈਗਾ ਤੁਹਾਨੂੰ 슈ગર ਹੈ ਕਿ ਨਹੀਂ ਹੈ ਇਹ ਸਾਰੀ ਚੀਜ਼ਾਂ ਆਂਦੀ ਹੈ ਮਤਲਬ ਹਾਰਟ ਅਟੈਕ ਇੱਕ ਲਾਈਫ ਸਟਾਈਲ ਡਿਸਆਰਡਰ ਹੈਗਾ ਡੈਫੀਨਿਟਲੀ ਜਿੰਨੂੰ ਕੀ ਆਪਾਂ ਇੰਪਰੂਵ ਕਰ ਸਕਦੇ ਆ ਜੇ ਆਪਾਂ ਲਾਈਫ ਸਟਾਈਲ ਨੂੰ ਇੰਪਰੂਵ ਕਰੀਏ ਤਾਂ ਹਾਰਟ ਅਟੈਕ ਤੋਂ ਬਚਾਅ ਕਿੰਨਾ ਜਾ ਸਕਦਾ ਬਿਲਕੁਲ ਜੀ ਡਾਕਟਰ ਸਾਹਿਬ ਹਾਰਟ ਹੈਲਦੀ ਫੂਡ ਕਿਹੜੇ ਹੁੰਦੇ ਆ ਦੇਖੋ ਹਾਰਟ ਹੈਲਦੀ ਫੂਡ ਕੇ ਲਿਏ ਮੋਸਟ ਇੰਪੋਰਟੈਂਟ ਚੀਜ਼ ਜਾਨ ਐਕਸੈਸ ਆਫ ਫੈਟ ਮਤਲਬ ਜੋ ਤਲਾ ਹੋਇਆ ਹੈ ਤਾਂ ਉਸੇ ਕੇਂਦਕ ਕੀ ਜਿਨਾ ਹੁੰਦਾ ਉਹ ਤੁਸੀਂ ਅਵੋਇਡ ਕਰਨਾ ਹੈ ਅਵੋਇਡ ਦਾ ਮਤਲਬ ਇਹ ਨਹੀਂ ਹੁੰਦਾ ਕਿ ਖਾਣਾ ਨਹੀਂ ਜੀ ਠੀਕ ਹੈ ਤਾਂ ਦੂਜੀ ਚੀਜ਼ ਹੈ ਕਿ ਘਰ ਦਾ ਬਣਾ ਹੋਇਆ ਖਾਣਾ ਸੇਫ ਹੈ ਸਾਉਂਡ ਹੈ ਸਾਫ ਸੁਥਰਾ ਹੈਗਾ ਤਾਂ ਉਹ ਤੁਹਾਡੇ ਲਈ ਬੈਸਟ ਹੈ ਜੀ ਤੁਸੀਂ ਕੁਝ ਵੀ ਖਾਣਾ ਉਹ ਤੁਸੀਂ ਬਾਹਰ ਖਾ ਰਹੇ ਹੋ ਜਾਂ ਘਰ ਦਾ ਬਣਾ ਹੋਇਆ ਖਾ ਰਹੇ ਉਹਦੇ ਵਿੱਚ ਸਟ੍ਰੌਂਗ ਡਿਫਰੈਂਸ ਹੁੰਦਾ ਹੈ ਰਾਈਟ ਬਾਹਰ ਦਿਖਾਣੇ ਜਿਆਦਾ ਤੇਲ ਯੂਜ਼ ਹੁੰਦਾ ਹੈ ਉਹ ਬਾਰ-ਬਾਰ ਯੂਜ਼ ਹੁੰਦਾ ਹੈ ਠੀਕ ਹੈ ਜਿਆਦਾ ਫੈਟੀ ਚੀਜ਼ੇ ਯੂਜ਼ ਹੁੰਦੀਆਂ ਜਿਆਦਾ 슈ਗਰ ਯੂਜ਼ ਹੁੰਦੀ ਹੈ ਜਿਆਦਾ ਸాల్ਟ ਯੂਜ਼ ਹੁੰਦਾ ਹੈ ਤਾਂ ਇਹ ਸਭ ਚੀਜ਼ਾਂ ਜਿਹੜੀ ਹੈਗੀਆਂ ਇਹ ਤੁਹਾਡੇ ਹਾਰਟ ਨੂੰ ਜਿਆਦਾ ਨੁਕਸਾਨ ਕਰਦੀਆਂ ਜੀ ਕੁਝ ਵੀ ਜਿਹੜਾ ਘਰ ਦਾ ਬਣਿਆ ਹੋਇਆ ਹੈ ਮੋਡਰੇਸ਼ਨ ਵਿੱਚ ਬਣਿਆ ਹੋਇਆ ਉਹ ਤੁਹਾਡੇ ਹਾਰਟ ਨੂੰ ਜਿਆਦਾ ਇਫੈਕਟ ਨਹੀਂ ਕਰਦਾ ਜੀ ਡਾਕਟਰ ਸਾਬ ਸాల్ਟ ਕਿੰਨਾ ਕੁ ਹੋਣਾ ਚਾਹੀਦਾ ਕਾਫੀ ਅਕਸਰ ਜਿੱਦਾਂ ਅੱਜਕੱਲ ਚੱਲਣ ਹੈਗਾ ਫਾਸਟ ਫੂਡ ਦਾ ਬਹੁਤ ਜ਼ਿਆਦਾ ਉਹਦੇ ਵਿੱਚ ਸਾਲਟੀ ਚੀਜ਼ਾਂ ਬਹੁਤ ਜ਼ਿਆਦਾ ਹੁੰਦੀਆਂ ਕਿ ਇਹ ਵੀ ਨੁਕਸਾਨ ਕਰਦਾ ਹੈ ਬਿਲਕੁਲ ਜੀ ਰਿਸਟ੍ਰिक्ट ਕਰੋ ਬਿਲਕੁਲ ਉਹਦਾ ਰੀਜ਼ਨ ਇਹ ਹੈ ਕਿ ਤੁਸੀਂ ਜਿੰਨਾ ਸਾਲਟ ਕੰਜ਼ਿਊਮ ਕਰਦੇ ਹੋ ਉਨਾ ਹੀ ਤੁਹਾਡਾ ਬੀਪੀ ਵੱਧਦਾ ਹੈ ਜੀ ਜਦ ਕਿਸੇ ਦਾ ਵੀ ਬੀਪੀ ਲੋ ਹੁੰਦਾ ਆਪਾਂ ਕਹਿੰਦੇ ਨਿੰਬੂ ਪਾਣੀ ਚ ਸਾਲਟ ਮਿਲਾ ਕੇ ਪਿਲਾ ਦੋ ਇਸ ਇਟ ਇਜ਼ ਦ ਸੇਮ ਕਨਸੈਪਟ ਤਾਂ ਜਿਹੜਾ ਸਾਲਟ ਹੈ ਉਹ 1 टीस्पून ਜਿਹੜਾ ਆਪਾਂ ਕਹਿੰਦੇ ਉਹ ਉਨਾ ਸਾਲਟ ਪਰ ਡੇ ਤੁਹਾਡੇ ਲਈ ਠੀਕ ਹੈ ਉਸ ਤੋਂ ਜ਼ਿਆਦਾ ਨੁਕਸਾਨ ਕਰ ਸਕਦਾ ਡਾਕਟਰ ਸਾਹਿਬ ਸ਼ੁਰੂਆਤੀ ਸਿੰਪਟਮਸ ਕੀ ਹੁੰਦੇ ਨੇ ਕਿੱਦਾਂ ਪਤਾ ਚੱਲੇ ਘਰ ਵਿੱਚ ਬੈਠੇ ਟੀਵੀ ਦੇਖ ਰਹੇ ਖਾਣਾ ਖਾ ਰਹੇ ਸੌਣ ਦੀ ਤਿਆਰੀ ਹੋ ਰਹੀ ਕਿ ਇਹ ਸਿੰਪਟਮਸ ਜਿਹੜੇ ਹੈਗੇ ਹਾਰਟ ਅਟੈਕ ਸੀ ਹੋ ਸਕਦੇ ਆਕਸਰ ਲੋਕੀ ਮਿਸ ਡਾਇਗਨੋਸ ਕਰ ਲੈਂਦੇ ਛਾਤੀ ਵਿੱਚ ਦਰਦ ਨੂੰ ਕਿ ਐਸਿਡ ਬਣ ਰਿਹਾ ਐਸਿਡਿਟੀ ਦੀ ਦਵਾਈ ਡਾਈਜਨ ਵਗੈਰਾ ਲੈ ਕੇ ਸੌ ਜਾਂਦੇ ਆ ਡਾਕਟਰ ਸਾਹਿਬ ਕਿਹੜੇ ਟਿਪੀਕਲ ਪੁਆਇੰਟਸ ਹੁੰਦੇ ਇਹਨੂੰ ਸਮਝਣ ਲਈ ਦੇਖਿਏ ਮੈਂ ਸਭ ਤੋਂ ਪਹਿਲਾਂ ਸਮਝਾਉਣਾ ਚਾਹਾਂਗਾ ਕਿ ਆਪਣੀ ਬਾਡੀ ਚ ਕਿਸੇ ਨੂੰ ਕਿਸੇ ਵੀ ਆਰਗਨ ਨੂੰ ਕੰਮ ਕਰਨ ਲਈ ਖੂਨ ਦੀ ਲੋਡ ਹੁੰਦੀ ਹੈ ਜੀ ਇਦਾਂ ਹੀ ਹਾਰਟ ਨੂੰ ਵੀ ਕੰਮ ਕਰਨ ਲਈ ਖੂਨ ਦੀ ਲੋਡ ਹੁੰਦੀ ਹੈ ਠੀਕ ਹੈ ਜਿਹੜੀ ਨਸਾਂ ਹਾਰਟ ਨੂੰ ਸਪਲਾਈ ਕਰਦੀਆਂ ਖੂਨ ਉਹਦੇ ਉਹਦੇ ਬਲੋਕੇਜ ਕਰਕੇ ਇਹ ਪ੍ਰੋਬਲਮ ਹੁੰਦੀ ਹੈ ਰਾਈਟ ਜਿਹੜੇ ਸਿੰਪਟਮ ਆਉਂਦੇ ਆ ਉਹ ਪਹਿਲਾਂ ਤਾਂ ਆਉਂਦੇ ਜਾਂ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਰੋਜ਼ਮਰ ਦਾ ਕੰਮ ਕਰ ਰਹੇ ਹੋ ਜਾਂ ਤੁਸੀਂ ਭੱਜ ਰਹੇ ਹੋ ਜਾਂ ਜੇ ਤਾਂ ਤੁਸੀਂ ਕਿਹਾ ਬੰਦੇ ਜਿਮ ਕਰਦੇ ਹੋਏ ਪ੍ਰੋਬਲਮ ਆਂਦੀ ਹੈ ਜੇ ਤੁਸੀਂ ਕੰਮ ਕਰਦੇ ਹੋ ਤੁਹਾਡੀ ਬੋਡੀ ਨੂੰ ਜ਼ਿਆਦਾ ਖੂਨ ਚਾਹੀਦਾ ਉਹ ਜ਼ਿਆਦਾ ਖੂਨ ਸਪਲਾਈ ਕਰਨ ਲਈ ਹਾਰਟ ਨੂੰ ਵੀ ਜ਼ਿਆਦਾ ਖੂਨ ਚਾਹੀਦਾ ਤਾਂ ਉਹ ਨਸਾਂ ਜਦ ਬਲੋਕੇਜ ਸ਼ੁਰੂ ਹੁੰਦੀ ਹੈ ਤਾਂ ਪਹਿਲਾ ਸਿੰਪਟਮ ਤੁਹਾਨੂੰ ਕੰਮ ਕਰਦੇ ਵੇਲੇ ਆਉਂਦੇ ਜਦ ਤੁਸੀਂ ਰੈਸਟ ਕਰੋਗੇ ਉਹ ਸਿੰਪਟਮ ਡਿਸਪੀਅਰ ਹੋ ਜਾਣਗੇ ਇਹ ਸਭ ਤੋਂ ਜ਼ਿਆਦਾ ਨੋਟਿਸ ਕਰਨ ਵਾਲੀ ਚੀਜ਼ ਹੈ ਕਿਉਂਕਿ ਮਤਲਬ ਜਿੱਦਾਂ ਇੱਕ ਬੰਦਾ ਪਹਿਲੇ ਬਹੁਤ ਕੰਫਰਟੇਬਲੀ ਉਹੀ ਕੰਮ ਨੂੰ ਕਰ ਰਿਹਾ ਸੀ ਤੇ ਹੁਣ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਸਾਹ ਚੜ ਰਿਹਾ ਹੈ ਜਾਂ ਹਾਰਟ ਵਿੱਚ ਚੈਸਟ ਵਿੱਚ ਪੇਨ ਹੋ ਰਹੀ ਹੈ ਤੇ ਇਟ ਇਜ਼ ਐਨ ਅਲਾਰਮਿੰਗ ਸਾਈਨ ਕਿ ਡਾਕਟਰ ਕੋਲ ਜਾਣਾ ਚਾਹੀਦਾ ਹੈ ਓਕੇ ਓਕੇ ਤਾਂ ਇਹ ਚੀਜ਼ ਲੋਕ ਇਗਨੋਰ ਕਰਦੇ ਹਨ ਉਹ ਕਹਿੰਦੇ ਕਿ ਚਲੋ ਠੀਕ ਹੈ ਆਪਾਂ ਰੈਸਟ ਕੀਤਾ ਤੇ ਸਿੰਪਟਮ ਚਲੇ ਗਏ ਰਾਈਟ ਹੁਣ ਇਹ ਸਿੰਪਟਮ ਕੀ ਹੋ ਸਕਦੇ ਹਨ ਜੀ ਤੇ ਸਿੰਪਟਮ ਜਿਹੜੇ ਹੈਗੇ ਉਹ ਹੈ ਕਿ ਇੱਕ ਤਾਂ ਸਭ ਤੋਂ ਕਾਮਨ ਹੈ ਛਾਤੀ 'ਚ ਦਰਦ ਜੀ ਇਹਦੇ 'ਚ ਮੈਂ ਦੱਸਣਾ ਚਾਹਾਂਗਾ ਕਿ ਖਾਲੀ ਛਾਤੀ 'ਚ ਆਪਾਂ ਕਹਿੰਦੇ ਇੱਥੇ ਦਰਦ ਹੋਣਾ ਹਾਰਟ ਅਟੈਕ ਹੈ ਜੀ ਇਥੇ ਦਰਦ ਤੇ ਇਲਾਵਾ ਵੀ ਬਾਕੀ ਜਗ੍ਹਾ ਚ ਦਰਦ ਹੋ ਸਕਦਾ ਜਿੱਦਾਂ ਹੱਥ ਜਾ ਸਕਦਾ ਤੁਹਾਡੇ ਜਬੜੇ ਚ ਜਾ ਸਕਦਾ ਕਮਰ ਚ ਜਾ ਸਕਦਾ neck ਚ ਜਾ ਸਕਦਾ ਇਹ ਹਾਰਟ ਅਟੈਕ ਦਾ اور ਹਾਰਟ ਅਟੈਕ ਇਜ਼ ਐਨ ਐਂਡ ਰਿਜ਼ਲਟ ਠੀਕ ਹੈ ਜਿਹੜਾ ਦਿਲ ਦਾ ਦਰਦ ਹੈ ਉਹ ਇਸ ਸਾਰੀ ਜਗ੍ਹਾ ਚ ਹੋ ਸਕਦਾ ਠੀਕ ਹੈ ਤੇ ਇਹ ਕਈ ਵਾਰੀ ਆਪਣੇ ਉਪਰਲੇ ਪੇਟ ਦੇ ਹਿੱਸੇ ਚ ਹੁੰਦਾ ਜਿਹਨੂੰ ਲੋਕੀ ਐਸਿਡਿਟੀ ਕਹਿ ਕੇ ਮਿਸ ਡਾਇਗਨੋਸ ਕਰਦੇ ਜੀ ਠੀਕ ਹੈ ਤਾਂ ਐਸਿਡਿਟੀ ਤੁਹਾਨੂੰ ਜ਼ਿਆਦਾਤਰ ਜਾਂ ਤਾਂ ਖਾਲੀ ਪੇਟ ਹੁੰਦੀ ਹੈ ਜਾਂ ਖਾਣ ਤੋਂ ਇਮੀਡੀਏਟਲੀ ਬਾਅਦ ਹੁੰਦੀ ਹੈ ਜੇ ਤੁਹਾਨੂੰ ਕੰਮ ਕਰਨ ਤੇ ਬਾਅਦ ਹੋ ਰਹੀ ਹੈ ਜਾਂ ਕੁਝ ਐਕਟੀਵਿਟੀ ਕਰਨ ਤੇ ਬਾਅਦ ਹੋ ਰਹੀ ਹੈ ਜਾਂ ਤੁਸੀਂ ਪੈਂਟੋਪ ਵਗੈਰਾ ਕੋਈ ਵੀ ਗੋਲੀ ਖਾ ਰਹੇ ਹੋ ਕੋਈ ਵੀ ਐਸਿਡਿਟੀ ਵਾਲੀ ਗੋਲੀ ਖਾ ਲਓ ਉਹਦੇ ਇਸੇ ਨਹੀਂ ਠੀਕ ਹੋ ਰਹੀ ਹੈ ਤਾਂ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ ਬਹੁਤ ਫ੍ਰੀਕੁਐਂਟਲੀ ਹੋ ਰਹੀ ਹੈ ਜੀ ਇਦੇ ਚ ਇਹ ਤੁਹਾਡੇ ਨੂੰ ਡਿਟੇਲ ਸਟਡੀ ਹੋਣੀ ਫਿਰ ਜ਼ਰੂਰੀ ਹੈ ਜਦੋਂ ਸਭ ਜਿੱਦਾਂ ਤੁਸੀਂ ਕਿਹਾ ਕਿ ਇਹ ਜਿੱਦਾਂ ਕੰਮ ਕਰਨ ਵਿੱਚ ਪ੍ਰੋਬਲਮ ਆ ਰਹੀ ਹੈ ਚੈਸਟ ਵਿੱਚ ਪੇਨ ਹੈ ਜਬੜੇ ਵਿੱਚ ਪੇਨ ਹੈ ਜੇ ਸਪੋਜ਼ ਸ਼ੁਰੂਆਤੀ ਸਿੰਪਟਮ ਵਿੱਚ ਪੇਸ਼ੈਂਟ ਬਹੁਤ ਅਵੇਅਰ ਹੈ ਐਜੂਕੇਟਿਡ ਹੈ ਉਹ ਤੁਹਾਡੇ ਕੋਲ ਪਹੁੰਚ ਜਾਂਦਾ ਹੈ ਕਾਰਡੀਓਲੋਜਿਸਟ ਕੋਲ ਪਹੁੰਚ ਜਾਂਦਾ ਹੈ ਤੇ ਕੀ ਆਪਾਂ ਹਾਰਟ ਅਟੈਕ ਬਚਾ ਸਕਦੇ ਹਾਂ ਉਹਦਾ ਦੇਖੋ ਬਚਾਉਣ ਲਈ ਸਭ ਤੋਂ ਪਹਿਲਾਂ ਡਾਇਗਨੋਸ ਕਰਨਾ ਜ਼ਰੂਰੀ ਹੈ ਕਿ ਤੁਹਾਨੂੰ ਦਿੱਕਤ ਹੈ ਤਾਂ ਕਿਸ ਲੈਵਲ ਤੇ ਡਾਇਗਨੋਸ ਹੋ ਜਾਂਦਾ ਹੈ ਡਾਕਟਰ ਸਾਹਿਬ ਕੀ ਹਾਂ ਇਹ ਦੇਖੋ ਡਿਪੈਂਡ ਕਰਦਾ ਕਿ ਜਿਹੜਾ ਮਰੀਜ਼ ਹੈ ਉਹ ਕਿਸ ਸਟੇਟ ਤੇ ਹਸਪੀਟਲ ਆਇਆ ਹੈ ਜੇ ਮਰੀਜ਼ ਨੂੰ ਆਲਰੇਡੀ ਸਿੰਪਟਮ ਆ ਰਹੇ ਹਨ ਤਾਂ ਜਿਹੜੇ ਵੀ ਹਾਰਟ ਅਟੈਕ ਜਾਂ ਹਾਰਟ ਦੀ ਬਿਮਾਰੀ ਨੂੰ ਡਾਇਗਨੋਸ ਕਰਨ ਕਰਨ ਲਈ ਟੈਸਟ ਹੈਗੇ ਆ ਉਹਦੇ ਚੋਂ ਫੜਾ ਜਾਏਗਾ ਉਹਦੇ ਚ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਨਸਾਂ ਚ ਜਿਹੜਾ ਬਲਾਕੇਟ ਹੈ ਉਹ ਕਿੰਨੇ ਪਰਸੈਂਟ ਬਲਾਕੇਟ ਹੈ ਉਹਦੇ ਹਿਸਾਬ ਨਾਲ ਫਿਰ ਅੱਗੇ ਇਲਾਜ ਹੋ ਸਕਦਾ ਹੈ ਤੇ ਆਪਾਂ ਜੇ ਬਿਲਕੁਲ ਇਮਪੈਂਡਿੰਗ ਹਾਰਟ ਅਟੈਕ ਜਿਹੜਾ ਕਿ ਉਹਨੂੰ ਹੋ ਜਾਣਾ ਸੀ ਉਹਨੂੰ ਕੀ ਆਪਾਂ ਬਚਾਅ ਕਰ ਸਕਦੇ ਬਿਲਕੁਲ ਬਚਾ ਸਕਦੇ ਕਿਉਂਕਿ ਹਾਰਟ ਅਟੈਕ ਦਾ ਮਤਲਬ ਹੈ ਤੁਹਾਡੀ ਨਸਾਂ ਜਿਹੜੀ ਹੈਗੀ ਐ ਉਹ ਕਿਸੇ ਵੇਲੇ ਪੂਰੀ ਬਲੌਕ ਜਿੱਦਾਂ ਸਪੋਜ਼ ਜਿਹੜਾ ਤੁਹਾਡੀ ਨਸ ਹੈ ਉਹ 100% ਓਪਨ ਹੈ ਤਾਂ ਹਾਰਟ ਅਟੈਕ ਜਦ ਤਦ ਹੁੰਦਾ ਜਦੋਂ ਨਸ ਜਿਹੜੀ ਹੈ ਬਹੁਤ ਜ਼ਿਆਦਾ ਸਿਗਨੀਫੀਕੈਂਟਲੀ ਬਲੌਕ ਹੋ ਗਈ ਜਿਹੜੇ ਤੁਹਾਡੇ ਸਿੰਪਟਮ ਹੈ ਉਹ ਸ਼ੁਰੂ ਤੋਂ ਆਣਾ ਸ਼ੁਰੂ ਹੋ ਜਾਣਗੇ ਜਦੋਂ 40 50 60 60% ਬਲੌਕ ਨੇ ਤੇ ਜੇ ਤੁਸੀਂ ਸਿੰਪਟਮ ਦੇ ਸ਼ੁਰੂਆਤ 'ਚ ਹੀ ਤੁਸੀਂ ਹਸਪਤਾਲ ਜਾ ਕੇ ਇਲਾਜ ਕਰਾਉਣਾ ਚਾਹੋਗੇ ਤਾਂ ਉਹ ਪੂਰੀ ਬਲੌਕ ਹੋਣ ਤੋਂ ਪਹਿਲਾਂ ਹੀ ਤੁਹਾਡਾ ਇਲਾਜ ਹੋ ਜਾਏਗਾ ਤਾਂ ਤੁਸੀਂ ਹਾਰਟ ਅਟੈਕ ਤੋਂ ਬਚ ਸਕਦੇ ਹੋ ਵੈਰੀ ਗੁੱਡ ਬਹੁਤ ਵਧੀਆ ਨਕਸੇਪੇਦਾ ਡਾਇਗਨੋਸ ਕਿਦਾਂ ਕੀਤਾ ਜਾਂਦਾ ਹੈ ਸ਼ੁਰੂਆਤੀ ਸਿੰਪਟਮਸ ਠੀਕ ਦੇਖਿਏ ਜਿਹੜੇ ਪਹਿਲੇ ਟੈਸਟ ਆਉਂਦੇ ਨੇ ਉਹ ਤਾਂ ECG ਇਕੋ ਨੇ ECG ਜਿੱਦਾਂ ਸਭ ਨੂੰ ਪਤਾ ਹੈ ਕਿ ਹਾਰਟ ਦੀ ਰਿਦਮ ਚੈੱਕ ਕਰਦੇ ਇਕੋ ਇੱਕ ਤਰ੍ਹਾਂ ਦਾ ਅਲਟਰਾਸਾਉਂਡ ਹੈ ਹਾਰਟ ਦਾ ਜੀ ਬਟ ਇਹਦੇ ਚ ਵੀ ਉਹੀ ਜ਼ਰੂਰੀ ਹੈ ਜਿਹੜੇ ਜਿੱਦਾਂ ਮੈਂ ਤੁਹਾਨੂੰ ਸਮਝਾਇਆ ਕਿ ਜਿਹੜੇ ਸਿੰਪਟਮ ਨੇ ਉਹ ਐਕਟੀਵਿਟੀ ਕਰਦੇ ਵੇਲੇ ਜ਼ਿਆਦਾ ਆਣੇ ਸ਼ੁਰੂ ਹੁੰਦੇ ਨੇ ਜਦੋਂ ਬਲੋਕੇਜ ਵੱਧ ਜਾਂਦੀ ਹੈ ਤਾਂ ਉਹ ਰੈਸਤੇ ਆਣਾ ਸ਼ੁਰੂ ਹੁੰਦੇ ਇਹ ਤੁਸੀਂ ਬੈਠੇ ਹੋ ਉਹ ਸਟੇਟ 'ਚ ਵੀ ਜਿੱਦਾਂ ਜਿੰਨਾ ਖੂਨ ਬੋਡੀ ਨੂੰ ਚਾਹੀਦਾ ਉਹਨਾ ਹਾਰਟ ਪੰਪ ਨਹੀਂ ਕਰ ਸਕਦਾ। ਓਕੇ। ਇਹ ਸਿਮਿਲਰ ਚੀਜ਼ਾਂ ਟੈਸਟਾਂ 'ਚ ਵੀ ਹੈਗੀ ਹੈ। ਓਕੇ। ਜਿਹੜੀ ECG ਤੇ ਇੱਕੋ ਬੈਠੇ ਵੇਲੇ ਹੁੰਦੀ ਨੇ ਜਿਹੜੀ ਨਾਰਮਲ ECG ਐ ਕੋਈ। ਜੀ। ਉਹ ਕਈ ਵਾਰ ਇਹ ਡਾਇਗਨੋਸਿਸ ਮਿਸ ਕਰ ਸਕਦੇ ਨੇ। ਓਕੇ। ਬਿਕੋਜ਼ ਤੁਹਾਨੂੰ ਬਲੌਕੇਜ ਮਾਈਨਰ ਹੈਗੀ ਐ। ਉਹ ਤੁਹਾਨੂੰ ਤਾਂ ਦੋਰੀ ਜਾਂ ਤੁਸੀਂ ਕੰਮ ਕਰ ਰਹੇ ਹੋ। ਰਾਈਟ। ਤਾਂ ਉਹਦੇ ਲਈ ਜਿਹੜੇ ਟੈਸਟ ਹੁੰਦੇ ਨੇ ਉਹ TMT ਤੇ ਸਟ੍ਰੈਸ ਏਕੋ ਨੇ। TMT ਦਾ ਮਤਲਬ ਹੈ ਤੁਹਾਨੂੰ ਟ੍ਰੈਡਮਿਲ ਤੇ ਭਜਾ ਕੇ ਫਿਰ ECG ਕਰਨੀ ਐ। ਓਕੇ। ਤਾਂ ਸੇਮ ਕਨਸੈਪਟ ਤੁਸੀਂ ਭਜੋਗੇ। ਹਾਰਟ ਨੂੰ ਜ਼ ਇਹਦੇ ਚ ਦਵਾਈ ਦੇਂਦੇ ਹਾਰਟ ਨੂੰ ਜ਼ਿਆਦਾ ਕੰਮ ਕਰਾਉਂਦੇ ਫਿਰ ਇੱਕੋ ਕਰਦੇ ਤਾਂ ਉਹ ਫੜਨ ਦੇ ਚਾਂਸਸ ਵੱਧ ਜਾਂਦੇ ਜੀ ਡਾਕਟਰ ਸਾਹਿਬ ਇੱਕ ਬੰਦਾ ਹੈਗਾ ਯੰਗ ਹੈ 35 ਵਿਚ ਹੈ ਪਤਲਾ ਲੀਨ ਥਿਨ ਹੈ ਬਿਲਕੁਲ ਲੇਕਿਨ ਉਹਦਾ ਕੋਲੇਸਟ੍ਰੋਲ ਕਾਫੀ ਵਧੇ ਹੋਏ ਹੈ ਲਿਪਿਡ ਪ੍ਰੋਫਾਈਲ ਬਿਲਕੁਲ ਆਲਟਰਡ ਹੈ ਕੀ ਉਹਨਾਂ ਨੂੰ ਚਾਂਸਸ ਹੋ ਸਕਦੇ ਹੈ ਬਿਲਕੁਲ ਹੋ ਸਕਤੇ ਹੈ ਦੇਖਿਏ ਇਹਦੇ ਚ ਉਹੀ ਸੇਮ ਚੀਜ਼ ਆ ਪਹਿਲੀ ਚੀਜ਼ ਆਂਦੀ ਜੀ ਫੈਮਲੀ ਹਿਸਟਰੀ ਜੀ ਠੀਕ ਹੈ ਫੈਮਲੀ ਹਿਸਟਰੀ ਚ ਕਈ ਬਿਮਾਰੀਆਂ ਐਸੀਆਂ ਹੁੰਦੀਆਂ ਨੇ ਜਿਦੇ ਚ ਤੁਹਾਡੇ ਹਾਰਟ ਦਾ ਮਸਲ ਡਿਸਫੰਕਸ਼ਨ ਹੈਗਾ ਮਸਲ ਚੰਗੀ ਤਰ੍ਹਾਂ ਨਹੀਂ ਬਣਿਆ ਹੋਇਆ ਜੀ ਦੂਜੀ ਚਾਂਸਸ ਜਿਆਦਾ ਨੇ ਬਾਡੀ ਚ ਉਹਦੇ ਚ ਸਡਨ ਹਾਰਟ ਅਟੈਕ ਦੇ ਚਾਂਸਸ ਜਿਆਦਾ ਹੁੰਦੇ ਨੇ ਓਕੇ ਤੀਜੀ ਚੀਜ਼ ਆਂਦੀ ਹੈ ਜੀ ਸਟ्रेस ਲੈਵਲ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਯੰਗ ਬੰਦੇ ਚ ਕਿਸ ਰੀਜ਼ਨ ਤੋਂ ਹੋ ਸਕਦੇ ਉਹ ਉਹਦੇ ਚ ਖਾਲੀ ਕੋਲੇਸਟ੍ਰੋਲ ਨਹੀਂ ਹੈ ਜੇ ਉਹਦਾ ਕੋਲੇਸਟ੍ਰੋਲ ਵਧਿਆ ਹੋਇਆ ਤਾਂ ਇੱਕ ਹੋਰ ਰਿਸਕ ਫੈਕਟਰ ਹੈਗਾ ਹੀ ਹੈ ਕਿਉਂਕਿ ਜਿਹੜਾ ਨਸਾਂ ਜਿਹੜੀਆਂ ਬਲੌਕਡ ਹੁੰਦੀਆਂ ਨੇ ਜਿਹੜਾ ਪਲਾਕ ਬੰਦ ਹੈ ਉਹ ਫੈਟ ਤੋਂ ਬੰਦ ਹੈ ਬਿਲਕੁਲ तो जो कोलैसट्रोल व्या हो फैट हले नहीं होएगा तो बादसिज ज्यादा ने क्योंकि okay. वह बॉडी फैट ज्यादा है तो okay. वह हर जगह जमेगा नसा च भी जमेगा बट स्ट्रैस एक बहुत जरूरी uh, मतलब मैं कहूँगा कि इज़ ए वेरी इंपोर्टेंट फैक्टर जिदे करके यंग पेशेंट्स भी

ਤਿੰਨ ਮੇਜਰ ਆਰਟਰੀਆਂ ਹੁੰਦੀਆਂ ਜਿਹੜੀ ਖੂਨ ਸਪਲਾਈ ਕਰਦੀਆਂ ਨੇ ਜਿਹਨੂੰ ਕੋਰਨਰੀ ਆਰਟਰੀਸ ਕਹਿੰਦੇ ਆ ਇਸ ਲਈ ਬਿਮਾਰੀ ਦਾ ਨਾਮ ਕੋਰਨਰੀ ਆਰਟਰੀ ਡਿਜ਼ੀਜ਼ ਹੈ ਤਾਂ ਜਿਹੜੀ ਇਹ ਤਿੰਨ ਨਸਾਂ ਹੈ ਡਿਪੈਂਡ ਕਰਦਾ ਇਹਨਾਂ ਦਾ ਸਟੇਟ ਕੀ ਹੈ ਤੇ ਕਿੰਨੀ ਬਲੌਕਡ ਨੇ ਤੇ ਕਿੰਨੀ ਜਗ੍ਹਾ ਤੇ ਬਲੌਕਿੰਗ ਹੈ ਜਦ ਦੇ ਬਲੋਕੇਜ ਸਪੋਜ਼ ਤੁਹਾਨੂੰ ਪਹਿਲੀ ਵਾਰੀ ਸਿੰਪਟਮ ਆਏ ਤੁਸੀਂ ਚਲੇ ਗਏ ਤੇ ਇਹਨੂੰ ਡਾਇਗਨੋਸ ਸ਼ੋਰ ਸ਼ੋਰ ਡਾਇਗਨੋਸ ਕਰਨ ਲਈ ਜਿਹੜੇ ਟੈਸਟ ਹੁੰਦਾ ਉਹਨੂੰ ਐਂਜਿਓਗ੍ਰਾਫੀ ਕਹਿੰਦੇ ਨੇ ਤਾਂ ਐਂਜਿਓਗ੍ਰਾਫੀ ਤੇ ਤੁਸੀਂ ਇਮੇਜਿਨ ਕਰੋ ਤੁਹਾਡੀ ਇੱਕ ਆਰਟਰੀ ਚ 30 40% ਬਲੌਕ ਆ ਗਿਆ ਠੀ ਇਹ ਦਵਾਈਆਂ ਨਾਲ ਉਹਨੂੰ ਮੇਨਟੇਨ ਕੀਤਾ ਜਾ ਸਕਦਾ ਹੈ ਦਵਾਈਆਂ ਦਾ ਕੰਮ ਹੁੰਦਾ ਹੈ ਕਿ ਇਹ ਬਿਮਾਰ ਨੂੰ ਅੱਗੇ ਪ੍ਰੋਗਰੈਸ ਕਰਨ ਲਈ ਸਲੋ ਡਾਊਨ ਕਰਦੀ ਹੈ ਉਹ ਤੀਨ ਨੂੰ ਜ਼ੀਰੋ ਨਹੀਂ ਕਰ ਸਕਦੀ ਬਟ ਤੀਨ ਨੂੰ ਸੌ ਹੋਣ ਲਈ ਕਾਫੀ ਡਿਲੇ ਕਰ ਦੇਗੀ ਓਕੇ ਬਟ ਉਹ ਤੀਨ ਨੂੰ ਕਟਾ ਵੀ ਨਹੀਂ ਸਕਦੀ ਥੋੜਾ ਜਿਹਾ ਫਰਕ ਪੈਂਦਾ ਹੈ ਉਹ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਪਲੱਗ ਜੰਮਿਆ ਹੋਇਆ ਹੈ ਉਹ ਅੰਤ ਇਟਸ ਏ ਫੈਟ ਹੈ ਰਾਈਟ ਇਹ ਟੁੱਟ ਕੇ ਅੱਗੇ ਵੀ ਜਾ ਸਕਦਾ ਓਕੇ ਓਕੇ ਥ੍ਰੋਂਬਸ ਬਣ ਸਕਦਾ ਹਾਂਜੀ ਇੱਕ ਤਾਂ ਟੁੱਟ ਕੇ ਅੱਗੇ ਜਾ ਸਕਦਾ ਤਾਂ ਦਵਾਈਆਂ ਪਲਾਕ ਨੂੰ ਸਟੇਬਲ ਕਰਦੀਆਂ ਨੇ ਓਕੇ ਓਕੇ ਦੂਜੀ ਚੀਜ਼ ਹੈ ਜਦ ਕਿਤੇ ਵੀ ਕਿਸੇ ਵੀ ਨਸ ਚ ਰੁਕਾਵਟ ਹੈ ਪਲਾਕ ਜਮਿਆ ਹੋਇਆ ਉਹਦੇ ਤੇ ਵੀ ਖੂਨ ਦਾ ਥੱਕਾ ਆ ਕੇ ਬਹਿ ਸਕਦਾ ਰਾਈਟ ਉਹ ਥੈਟ ਕੈਨ ਲੀਡ ਟੂ ਅ ਸਡਨ ਹਾਰਟ ਅਟੈਕ ਉਸ ਕਰਕੇ ਇੱਕਦਮ ਹਾਰਟ ਅਟੈਕ ਹੋ ਸਕਦਾ ਹੈ ਤਾਂ ਦਵਾਈਆਂ ਉਹ ਥੱਕਾ ਜੰਮਨ ਲਈ ਦੇ ਚਾਂਸਸ ਕਮ ਘਟ ਕਰਦੀਆਂ ਠੀਕ ਹੈ ਡਾਕਟਰ ਸਾਹਿਬ ਕਦੋਂ ਡਿਸੀਜਨ ਤੁਸੀਂ ਲੈਂਦੇ ਹੋ ਕਿ ਇਹਦੀ ਹੁਣ ਐਂਜੀਓਪਲਾਸਟੀਆ ਬਾਈਪਾਸ ਸਰਜਰੀ ਕਰਨੀ ਪੈਗੀ ਦੇਖਿਏ ਜਿਹੜੀ ਜਿੰਨੀ ਵੀ ਸਟੱਡੀਜ਼ ਕੀਤੀ ਗਈ ਜਿਹੜੀ ਵੀ ਕਿਤਾਬਾਂ ਦੀ ਨੌਲੇਜ ਹੈ ਉਹ ਕਹਿੰਦੀ ਜਦ ਵੀ ਬਲੋਕ 70% ਤੋਂ ਉੱਤੇ ਹੈ ਤਾਂ ਉਹਦੇ ਲਈ ਕੁਛ ਨਾ ਕੁਛ ਕਰਨ ਦੀ ਲੋੜ ਹੈ ਸਿੰਗਲ ਆਰਟਰੀ ਵਿੱਚ ਵੀ ਸਿੰਗਲ ਆਰਟਰੀ ਵਿੱਚ ਵੀ ਓਕੇ ਇਹਦੇ ਇਹਦਾ ਰੀਜ਼ਨ ਹੈ ਕਿ ਤਿੰਨੋਂ ਆਰਟਰੀਆਂ ਡਿਫਰੈਂਟ ਡਿਫਰੈਂਟ ਪਾਰਟ ਦੇ ਹਾਰਟ ਨੂੰ ਸਪਲਾਈ ਕਰ ਰਹੀਆਂ ਜਿੱਦਾਂ ਆਪਣੀ ਉਂਗਲੀਆਂ ਨੇ ਜੀ ਪੰਜ ਉਂਗਲੀਆਂ ਹੈ ਪੰਜੋ ਲਈ ਡਿਫਰੈਂਟ ਡਿਫਰੈਂਟ ਹੈਗੀਆਂ ਤੁਹਾਡੀ ਇਹ ਆਰਟਰੀ ਬਲੌਕਡ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਦੀ ਆਰਟਰੀ ਇਸ ਨੂੰ ਸਪਲਾਈ ਕਰ ਦੇਗੀ ਸੇਮ ਚੀਜ਼ ਹਾਰਟ ਦੇ ਲਈ ਵੀ ਹੈ ਤੇ ਇੱਕ ਆਰਟਰੀ ਬਲੌਕਡ ਹੈ ਜੇ ਤੁਸੀਂ ਉਹਦਾ ਇਲਾਜ ਨਹੀਂ ਕਰੋਗੇ ਤਾਂ ਜਿਹੜਾ ਹਾਰਟ ਦਾ ਪਾਰਟ ਉਹ ਆਰਟਰੀ ਸਪਲਾਈ ਕਰ ਰਹੀ ਹੈ ਉਹ ਡੈਮੇਜ ਹੋ ਜਾਊਗਾ ਤਾਂ ਹੁਣ ਐਂਜੀਓਪਲਾਸਟੀ ਤੇ ਸਰਜਰੀ ਬੜੀ ਜਿਹੇ ਤੁਸੀਂ ਗੱਲ ਕਰ ਰਹੇ ਸੀ ਉਹ ਡਿਪੈਂਡ ਕਰਦਾ ਹੈ ਕਿ ਜਿੱਦਾਂ ਮੈਂ ਕਿਹਾ ਕਿ ਕਿੰਨੀਆਂ ਆਰਟਰੀਆਂ ਬਲੌਕਡ ਨੇ ਜੇ ਤੁਹਾਡੀ ਇੱਕ ਇੱਕ ਜਾਂ ਦੋ ਆਰਟਰੀਆਂ ਬਲੌਕਡ ਨੇ ਜਾਂ ਇੱਕ ਦੋ ਜਗ੍ਹਾ ਤੇ ਹੀ ਬਲੌਕਡ ਨੇ ਉਹਦੇ ਲਈ ਆਪਾਂ ਜਿਨੂੰ ਐਂਜੋਪਲਾਸਟੀਕ ਕਹਿੰਦੇ ਨੇ ਸਟੈਂਟਿੰਗ ਉਹ ਕਰ ਸਕਦੇ ਨੇ ਠੀਕ ਹੈ ਜਦ ਆਰਟਰੀਆਂ ਦੀ ਕੰਡੀਸ਼ਨ ਕਾਫੀ ਖਰਾਬ ਹੋ ਗਿਆ ਨੇ ਇੱਕ ਕੋਈ ਆਰਟਰੀ ਮਲਟੀਪਲ ਜਗ੍ਹਾ ਤੇ ਬਲੌਕਡ ਹੈ ਜਾਂ ਤਿੰਨੋਂ ਆਰਟਰੀਆਂ ਬਲੌਕ ਨੇ ਜਾਂ ਆਰਟਰੀਆਂ ਕਈ ਵਾਰ ਕਿਸੇ ਨੂੰ 슈ਗਰ ਹੈ ਪੂਰਾ ਕੈਲਸ਼ੀਅਮ ਜੰਮਿਆ ਹੋਇਆ ਹੈ ਆਰਟਰੀਆਂ ਚ ਉਹਦੀ ਕੰਡੀਸ਼ਨ ਠੀਕ ਨਹੀਂ ਤਾਂ ਫਿਰ ਗੱਲ ਆ ਪਹੁੰਚਦੀ ਹੈ ਬਾਈਪਾਸ ਸਰਜਰੀ ਦੀ ਡਾਕਟਰ ਬਾਈਪਾਸ ਸਰਜਰੀ ਦਾ ਡਿਸੀਜਨ ਲੈਣ ਲਈ ਕੋਈ ਏਜ ਫੈਕਟਰ ਵੀ ਹੁੰਦਾ ਹੈ ਕਿ ਇਸ ਏਜ ਤੋਂ ਬਾਅਦ ਹੀ ਅਸੀਂ ਬਾਈਪਾਸ ਕਰ ਸਕਦੇ ਹਾਂ कि यंग एज से भी बाईपास जा सकती हैजरी ऐज देखिए बायपास सर्जरी करते हैं साल बाद पेट ने अपनी लाइफ स्टाइल नहीं सुधारी दोबारा भी सर्जरी हो सकती है देखिए जी कि जी सपोज बाईपासजरी की है ਜੇ ਬਾਈਪਾਸ ਸਰਜਰੀ ਕਿਸੇ ਵੀ ਮਰੀਜ਼ ਨੇ ਟਾਈਮ ਤੇ ਕਰਾ ਲਈ ਜੀ ਉਸ ਤੋਂ ਬਾਅਦ ਯੂਜੂਲੀ 25 30 ਸਾਲ ਨੂੰ ਪ੍ਰੋਬਲਮ ਨਹੀਂ ਆਉਂਦੀ ਹੈ ਓਕੇ ਤਾਂ ਯੂਜੂਲੀ ਮੋਸਟ ਆਫ ਦੀ ਪੇਸ਼ੈਂਟ ਜਿਹੜੇ ਹੁੰਦੇ ਨੇ ਉਹ 50 60 70 ਸਾਲ ਦੇ ਹੁੰਦੇ ਨੇ ਤਾਂ that bypass surgery is enough for their life wo puri life layi ohde layi kafi hundi suppose young age bypass young age suppose tusi keh lo ki 30 35 sal de umar ch ki sidhi bypass surgery hogi ta ohnu dobara karan di lod pa sakdi hai okay and oh kitthi ja sakdi hai it is safe kyuki aksar patients kafi kabraande ne aise chakkar vich wo bypass surgery je ohna nu young age vich dasti jave te oh karwande nahi hai ki halle lambi umar hai gi ye dobara na karani pe jaande oh linger on karde hain then ohna di condition kharab ho jawe zyada kharab ho jawe right dekhi ohi cheez depend kardi hai dekhiye ਕੋਈ ਵੀ ਸਰਜਰੀ ਸਿਰਫ ਬਾਈਪਾਸ ਸਰਜਰੀ ਬੋਡੀ ਦੀ ਕੋਈ ਵੀ ਸਰਜਰੀ ਹੋਵੇ ਉਹਦੇ ਲਈ ਤੁਹਾਡੀ ਫਿਟਨੈਸ ਮੈਟਰ ਕਰਦੀ ਹੈ ਤੁਹਾਡੀ ਏਜ ਨਹੀਂ ਮੈਟਰ ਕਰਦੀ 35 ਸਾਲ ਦਾ ਬੰਦਾ ਵੀ ਸਰਜਰੀ ਲਈ ਅਨਫਿਟ ਹੋ ਸਕਦਾ ਹੈ ਤੇ 90 ਸਾਲ ਦਾ ਬੰਦਾ ਵੀ ਸਰਜਰੀ ਲਈ ਫਿਟ ਹੋ ਸਕਦਾ ਹੈ ਜੀ ਜੀ ਜੇ ਤੁਸੀਂ ਫਿਟ ਹੋ ਤਾਂ ਏਜ ਕੋਈ ਕ੍ਰਾਈਟੇਰੀਆ ਨਹੀਂ ਹੈ ਸਰਜਰੀ ਕਰਨ ਦਾ ਜਾਂ ਨਾ ਕਰਨ ਦਾ ਜੀ ਬਿਲਕੁਲ ਡਾਕਟਰ ਸਭਨ ਹਾਰਟ ਅਟੈਕ ਔਰ ਕਾਰਡੀਅਕ ਅਰਰਸਟ ਕੀ ਇੱਕੋ ਚੀਜ਼ ਨੇ ਐ ਟਰਮਨੋਲੋਜੀ ਸੇਮ ਹੈ ਬਿਮਾਰੀ ਸੇਮ ਹੈ ਅਕਸਰ ਲੋਕ ਕੀ ਕਨਫਿਊਜ਼ ਕਰਦੇ ਆ ਹਾਰਟ ਅਟੈਕ ਹੋ ਗਿਆ ਕਾਰਡੀਅਕ ਅਰਰਸਟ ਹੋ ਗਿਆ ਇਹਨਾਂ ਨੂੰ ਇੱਕ ਸਾਥ ਯੂਜ਼ ਕੀਤਾ ਜਾ ਸਕਦਾ ਹੈ ਕਿ ਅਲੱਗ-ਅਲੱਗ ਕੈਟਾਗਰੀਸ ਨਹੀਂ ਜੀ ਇਹ ਦੋਨੋਂ ਬਿਲਕੁਲ ਡਿਫਰੈਂਟ ਚੀਜ਼ਾਂ ਨੇ ਹਾਰਟ ਅਟੈਕ ਇੱਕ ਤੁਸੀਂ ਇਦਾਂ ਲੈ ਕੇ ਚੱਲੋ ਕਿ ਹਾਰਟ ਅਟੈਕ ਜਿਹਨੂੰ ਆਪਾਂ ਹਾਰਟ ਅਟੈਕ ਕਹਿੰਦੇ ਨੇ ਉਹ ਬੇਸਿਕਲੀ ਕੋਰਨਰੀ ਆਰਟਰੀ ਡਿਜ਼ੀਜ਼ ਨੇ ਕੋਰਨਰੀ ਆਰਟਰੀ ਡਿਜ਼ੀਜ਼ ਜਦ ਤੁਹਾਡੀ ਨਸਾ ਪੂਰੀ ਬਲੌਕਡ ਹੋ ਗਿਆ ਨੀ ਹਾਰਟ ਨੂੰ ਬਿਲ ਜਿਹੜਾ ਆਪਾਂ ਕਾਰਡੀਕੈਰਸਟ ਕਹਿੰਦੇ ਨੇ ਯਾਰ ਲੋਕਲ ਭਾਸ਼ਾ ਚ ਕਹਿੰਦੇ ਨੇ ਕਿ ਹਾਰਟ ਫੇਲ ਹਾਰਟ ਫੇਲ ਵੀ ਦੂਜੀ ਚੀਜ਼ ਹੋਗੀ ਓਕੇ ਤਾਂ ਉਹਨੂੰ ਬੋਡੀ ਚ ਕੋਈ ਵੀ ਬਿਮਾਰੀ ਹੈ ਰਾਈਟ ਉਹਦੇ ਕਰਕੇ ਕਾਰਡੀਕੈਰਸ ਹੋ ਸਕਦਾ ਹੈ ਰਾਈਟ ਕਾਰਡੀਕੈਰਸ ਦਾ ਹੋਣਾ ਮਤਲਬ ਕਿ ਹਾਰਟ ਦਾ ਬੰਦ ਹੋ ਜਾਣਾ ਸਡਨਲੀ ਹਾਂਜੀ ਓਕੇ ਤਾਂ ਕਾਰਡੀਕੈਰਸ ਤੁਹਾਡੇ ਦਿਮਾਗ ਦੀ ਬਿਮਾਰੀ ਕਰਕੇ ਵੀ ਹੋ ਸਕਦਾ ਹੈ ਕਿਡਨੀ ਦੀ ਬਿਮਾਰੀ ਕਰਕੇ ਵੀ ਕੋਈ ਵੀ ਬਿਮਾਰੀ ਕਰਕੇ ਹੋ ਸਕਦਾ ਓਕੇ ਬੇਸਿਕਲੀ ਜਦ ਕੋਈ ਵੀ ਬਿਮਾਰੀ ਖਤ ਤੋਂ ਜ਼ਿਆਦਾ ਅੱਗੇ ਚਲੀ ਗਈ ਹੈ ਤਾਂ ਬੋਡੀ ਦੇ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ ਦਿਮਾਗ ਨੂੰ ਵੀ ਪਹੁੰਚਦਾ ਹੈ ਹਾਰਟ ਨੂੰ ਵੀ ਉਹਦੇ ਕਰਕੇ ਅਫੈਕਟ ਹੁੰਦਾ ਹੈ ਜਾਂ ਰੁਕ ਜਾਂਦਾ ਉਹਨੂੰ ਆਪਾਂ ਕਾਰਡੀਕ ਅਰੇਸਟ ਕਹਿੰਦੇ ਆ ਜੀ ਕਾਰਡੀਕ ਅਰੇਸਟ ਕਾਰਡੀਕ ਦਾ ਮਤਲਬ ਹਾਰਟ ਅਰੇਸਟ ਦਾ ਮਤਲਬ ਉਹ ਰੁਕ ਗਿਆ ਰਾਈਟ ਰਾਈਟ ਡਾਕਟਰ ਸਿਪ ਹਾਰਟ ਅਟੈਕ ਸਪੋਜ਼ ਇੱਕ ਵਾਰੀ ਹੋਇਆ ਤੇ ਉਹਦੇ ਕਿੰਨੇ ਪਰਸੈਂਟ ਚਾਂਸਸ ਹੁੰਦੇ ਆ ਕਿ ਐਸੇ ਬੰਦੇ ਨੂੰ ਦੁਬਾਰਾ ਵੀ ਹਾਰਟ ਅਟੈਕ ਹੋ ਸਕਦਾ ਦੇਖੋ ਡਿਪੈਂਡ ਕਰਦਾ ਜੇ ਤੁਹਾਨੂੰ ਹਾਰਟ ਅਟੈਕ ਹੋਇਆ ਤੁਸੀਂ ਉਸ ਦੇ ਲਈ ਕੋਈ ਟਰੀਟਮੈਂਟ ਨਹੀਂ ਲਿਆ ਤਾਂ ਉਹ ਦੁਬਾਰਾ ਹੋਏਗਾ ਹੀ ਹੋਏਗਾ ਕਿਉਂਕਿ ਤੁਹਾਡੇ ਦਿਲ 'ਚ ਬਿਮਾਰੀ ਹੈਗੀ ਹੈ ਰਾਈਟ ਉਹ ਕਿਉਂਕਿ ਤੁਹਾਡੇ ਦਿਲ 'ਚ ਤਿੰਨ ਨਸਾਂ ਨੇ ਉਹਦੀ ਅੱਗੇ ਬ੍ਰਾਂਚਾਂ ਬ੍ਰਾਂਚੇਸ ਵੀ ਹੁੰਦੀਆਂ ਨੇ ਠੀਕ ਹੈ ਤਾਂ ਹਾਰਟ ਅਟੈਕ ਇੱਕ ਬ੍ਰਾਂਚ ਬਲੌਕ ਹੋਣ ਕਰਕੇ ਵੀ ਹੋ ਸਕਦਾ ਜੇ ਉਹ بڑا ਏਰੀਆ ਸਪਲਾਈ ਕਰ ਰਹੀ ਹੈ ਓਕੇ ਤਾਂ ਇੱਕ ਬ੍ਰਾਂਚ ਬਲੌਕ ਹੋਈ ਤੁਹਾਨੂੰ ਹਾਰਟ ਅਟੈਕ ਹੋ ਗਿਆ ਤੁਸੀਂ ਫਿੱਟ ਹੋ ਤੁਹਾਡਾ ਹਾਰਟ ਤੰਦਰੁਸਤ ਨੇ ਬਾਕੀਆ ਨਸਾਂ ਚੰਗਾ ਕੰਮ ਕਰ ਰਹੀਆਂ ਹੋ ਸਕਦਾ ਤੁਸੀਂ ਸਰਵਾਈਵ ਕਰ ਜੋ ਹਾਰਟ ਅਟੈਕ ਬਿਨਾਂ ਟ੍ਰੀਟਮੈਂਟ ਬਟ ਤੁਹਾਡਾ ਹਾਰਟ ਕਮਜ਼ੋਰ ਹੋ ਗਿਆ ਕਿਉਂਕਿ ਉਹਨੂੰ ਖੂਨ ਨਹੀਂ ਜਾ ਰਿਹਾ ਉਸ ਪਾਰਟ ਨੂੰ ਖੂਨ ਨਹੀਂ ਜਾ ਰਿਹਾ ਹੁਣ ਜਿਹੜਾ ਸੈਕੰਡ ਹਾਰਟ ਅਟੈਕ ਹੋਏਗਾ ਉਹ ਦੂਜੀ ਨੇ ਕਰਕੇ ਹੋ ਸਕਦਾ ਉਹ ਹੋਰ ਜ਼ਿਆਦਾ ਸਵਿਰ ਹੋਏਗਾ ਕਿਉਂਕਿ ਤੁਸੀਂ ਟ੍ਰੀਟਮੈਂਟ ਨਹੀਂ ਲੈਂਤੀ ਹੈ ਤਾਂ ਜਿਹੜੇ ਤੁਹਾਡੇ ਸਰਵਾਈਵਲ ਦੇ ਚਾਂਸਸ ਹੈ ਉਹ ਬਹੁਤ ਘੱਟ ਦੇਗੇ ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਲਿੰਗਰ ਔਨ ਕਰਦੇ ਹੋ ਕਿਸੇ ਵੀ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਉਂਗਲੀ ਤੁਸੀਂ ਬੰਨਤੀ ਕੁਝ ਵੀ ਰ버 ਬੈਂਡ ਲਾ ਕੇ ਠੀਕ ਹੈ ਤਾਂ ਉਂਗਲੀ ਚ ਸਪਲਾਈ ਨਹੀਂ ਜਾ ਰਹੀ ਖੂਨ ਦੀ ਰਾਈਟ ਤੇ ਜੇ ਤੁਸੀਂ ਨਹੀਂ ਕੱਡੋਗੇ ਉਹਨੂੰ ਤਾਂ ਉਂਗਲੀ ਕਾਲੀ ਹੋ ਜਾਏਗੀ ਜੇ ਕਾਲੀ ਹੋਣ ਤੋਂ ਬਾਅਦ ਤੁਸੀਂ ਰਬਰ ਬੈਂਡ ਨੂੰ ਰਿਮੂਵ ਕਰਤਾ ਤਾਂ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਕਾਲੀ ਹੋ ਗਈ ਜੀ ਸੇਮ ਚੀਜ਼ ਹਾਰਟ ਲੀ ਵੀ ਅਪਲਾਈ ਹੁੰਦੀ ਹੈ ਰੁਖ ਸਰ ਬਾਈਪਾਸ ਸਰਜਰੀ ਬਹੁਤ ਵੱਡੀ ਸਰਜਰੀ ਹੈ ਤੁਹਾਡੇ ਲਈ ਇੱਕ ਜਸਟ ਨਾਮ ਹੈ ਔਰ ਈਜ਼ੀ ਹੈ ਬਿਕੋਜ਼ ਤੁਸੀਂ ਕਰਦੇ ਹਾਂ ਬਟ ਇੱਕ ਆਮ ਆਦਮੀ ਲਈ ਬਾਈਪਾਸ ਸਰਜਰੀ ਇੱਕ ਬਹੁਤ ਵੱਡਾ ਨਾਮ ਹੈ ਇਟਸ ਅ ਬਿਗ ਥਿੰਗ ਰੁਖ ਸਰ ਬੋਲੇ ਕਿ ਕਿੰਨੇ ਕੁ ਰਿਸਕ ਅੱਜ ਮੈਂ ਚਾਹਨੀ ਹੈ ਕਿ ਤੁਸੀਂ ਇਸ ਸਟੇਜ ਤੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਰਿਲੀਫ ਕਰੋ ਦੇ ਬਾਰੇ ਕਿ ਬਾਈਪਾਸ ਸਰਜਰੀ ਕਿੰਨੀ ਕੁ ਰਿਸਕੀ ਹੈ ਔਰ ਮਤਲਬ ਕਿ ਕਿੰਨੇ ਦਿਨਾਂ ਬਾਅਦ ਰਿਕਵਰੀ ਹੋ ਸਕਦੀ ਹੈ ਔਰ ਇਹ ਕਿੰਨੀ ਕੋ اچھی ਸਰਜਰੀ ਹੈ ਮਤਲਬ ਇਹਦਾ ਡਿਸੀਜਨ ਟਾਈਮ ਸਰ ਲੈ ਲੈਣਾ ਚਾਹੀਦਾ ਹੈ ਬਿਲਕੁਲ ਮੈਂ ਕਹਾਂਗਾ ਜੀ ਇਹ ਸਭ ਤੋਂ ਜ਼ਰੂਰੀ ਕੁਐਸਚਨ ਹੈ ਅੱਜ ਦਾ ਇਹਦੇ ਚ ਸਮਝਾਣ ਲਈ ਤੁਸੀਂ ਇਹ ਇਮੇਜਿਨ ਕਰੋ ਕਿ ਬਾਈਪਾਸ ਸਰਜਰੀ ਨੂੰ ਆਪਾਂ ਅਗਰ ਸਾਈਡ ਤੇ ਰੱਖ ਕੇ ਦੇਖੇ ਕਿ ਹਰ ਚੀਜ਼ ਐਡਵਾਂਸਮੈਂਟ ਹੈ ਜੀ ਚਾਹੇ ਤੁਸੀਂ ਗੱਡੀਆਂ ਲੈ ਲਓ ਚਾਹੇ ਘਰ ਲੈ ਲਓ ਚਾਹੇ ਕੋਈ ਵੀ ਗੈਜਟ ਲੈ ਲਓ ਜੀ ਠੀਕ ਹੈ ਸਿਮਿਲਰ ਚੀਜ਼ ਬਾਈਪਾਸ ਸਰਜਰੀ ਤੇ ਵੀ ਅਪਲਾਈ ਹੁੰਦੀ ਹੈ ਠੀਕ ਹੈ ਬਾਈਪਾਸ ਸਰਜਰੀ ਜਿਹੜੀ 30 ਸਾਲ 40 ਸਾਲ ਪਹਿਲੇ ਸੀ ਕਿ ਬੰਦਾ ਬਾਈਪਾਸ ਸਰਜਰੀ ਕਰਾਨ ਜਾ ਰਿਹਾ ਹੈ ਲੋਕੀ ਸੋਚਦੇ ਸੀ ਪਤਾ ਨਹੀਂ ਵਾਪਸ ਆਏਗਾ ਮੁੜ ਕੇ ਕੀ ਨਹੀਂ ਆ ਉਹ ਅੱਜ ਬਿਲਕੁਲ ਨਹੀਂ ਹੈ ਓਕੇ ਇਹ ਚੀਜ਼ ਇੰਨੀ ਜ਼ਿਆਦਾ ਐਡਵਾਂਸ ਹੋ ਗਈ ਅੱਜਕੱਲ ਬੀਟਿੰਗ ਹਾਰਟ ਜਿਹਨੂੰ ਕਹਿੰਦੇ ਆ ਕਿ ਧੜਕਤੇ ਦਿਲ ਤੇ ਬਾਈਪਾਸ ਸਰਜਰੀ ਕੀਤੀ ਜਾਂਦੀ ਹੈ ਤਾਂ ਇਟ ਇਜ਼ ਵੈਰੀ 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 ਸੇਫ ਮੈਂ ਕਹਾਂਗਾ ਕਿ ਜਿਹੜਾ ਰਿਸਕ ਫੈਕਟਰ ਬਾਈਪਾਸ ਸਰਜਰੀ ਮੇ ਹੈ ਜੇ ਤੁਸੀਂ ਕੋਈ ਟਾਈਮ ਤੇ ਕਰਾ ਰਹੇ ਹੋ ਰਾਈਟ ਟਾਈਮ ਤੇ ਅਚੀ ਜਗਾ ਤੋਂ ਕਰਾ ਰਹੇ ਹੋ ਤਾਂ ਉਹਨਾਂ ਹੀ ਜਿੰਨਾ ਕਿਸੇ ਵੀ ਸਰਜਰੀ ਚ ਡਾਕਟਰ ਸਾਹਿਬ ਦੀ ਰਿਕਵਰੀ ਅੱਛੀ ਹੋ ਜਾਂਦੀ ਹੈ ਬਹੁਤ ਚੰਗੀ ਹੁੰਦੀ ਹੈ ਜੀ ਜਿਹੜੀ ਤੁਸੀਂ ਜੇ ਟਾਈਮ ਤੇ ਬਾਈਪਾਸ ਸਰਜਰੀ ਕਰਾ ਲਈ ਤੇ ਅੱਜਕੱਲ ਬਾਈਪਾਸ ਸਰਜਰੀ ਕਰਾਣ ਤੋਂ ਬਾਅਦ ਜੀ ਇੱਕ ਹਫਤੇ ਚ ਤੁਹਾਡੀ ਛੁੱਟੀ ਹੋ ਜਾਂਦੀ ਹੈ ਹਸਪੀਟਲ ਤੋਂ ਉਸ ਤੋਂ ਬਾਅਦ ਇੱਕ ਮਿਥ ਹੈ ਜੀ ਬਹੁਤ ਜ਼ਿਆਦਾ ਬੰਦੇ ਅੱਜ ਕਿ ਅਲੱਗ ਰਹਿਣਾ ਪੈਂਦਾ ਹੈ ਅਲੱਗ ਕਮਰੇ ਚ ਰਹਿਣਾ ਪੈਂਦਾ ਹੈ ਮਿਲ ਨਹੀਂ ਸਕਦੇ ਲੋਕਾਂ ਨੂੰ ਖਾਣ ਪੀਣ ਦਾ ਬੜਾ ਪਰਹੇਜ ਹੋ ਜਾਂਦਾ ਹੈ ਚੱਲ ਨਹੀਂ ਸਕਦੇ ਫਿਰ ਇਹੋ ਜਿਹਾ ਕੋਈ ਗੱਲ ਨਹੀਂ ਹੈ ਜੀ ਬਿਲਕੁਲ ਵੀ ਨਹੀਂ ਹੈ ਜੀ ਤੁਸੀਂ ਜਿੱਦਾਂ ਹੀ ਡਿਸਚਾਰਜ ਹੁੰਦੇ ਹੋ आप प्रेशर तो बात तू सी नॉर्मल लाइफ एडिट कर सकते मैं कहना चाहवांगी कि तूसी बाईपास सर्जरी करांदो ताकि तूसी नॉर्मल लाइफ जी सको जी ते जद्दा ਸਾਡੇ ਡਾਕਟਰ ਸਾਹਿਬ ਬਾਰ ਬਾਰ ਸਾਨੂੰ ਸਮਝਾ ਰਹੇ ਹੈ ਕਿ ਜੇ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੈ ਆਪਣੇ ਡਾਕਟਰ ਨੂੰ ਕੰਸਲਟ ਕਰੋ ਔਰ ਜਿਸ ਤਰੀਕੇ ਦਾ ਵੀ ਉਹ ਇਲਾਜ ਕਹਿੰਦੇ ਨੇ ਉਹਦਾ ਇਲਾਜ ਟਾਈਮ ਸਰ ਕਰਾਓ ਆਪਣੀ ਜ਼ਿੰਦਗੀ ਨੂੰ ਲੰਬਾ ਕਰੋ ਡਾਕਟਰ ਬਹੁਤ سارے ਸਵਾਲ ਸੀਗੇ ਬਹੁਤ ਇੰਜੋਏ ਕਰ ਰਹੀ ਸੀ ਤੁਹਾਡੇ ਨਾਲ ਗੱਲਬਾਤ ਕਰਨੀ ਲੇਕਿਨ ਸਾਡਾ ਟਾਈਮ ਹੁਣ ਪੂਰਾ ਹੋ ਰਿਹਾ ਹੈ ਇਸ ਕਰਕੇ ਡਾਕਟਰ ਸਾਹਿਬ ਤੁਸੀਂ ਟਾਈਮ ਕੱਟ ਕੇ ਸਾਡੇ ਸਟੂਡੀਓ ਵਿੱਚ ਆਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਔਰ ਦਰਸ਼ਕੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਜੁੜੇ ਹੋ ਸਤਿ ਸ਼੍ਰੀ ਅਕਾਲ